2024 ਦੇ ਲੋਕ ਸਭਾ ਇਲੈਕਸ਼ਨ ਲਈ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋ ਰਿਹਾ? ਕੋਈ ਸਮਝੌਤੇ ਦੀ ਗੱਲ ਨਹੀਂ। ਤੁਸੀਂ ਨਿੱਜੀ ਤੌਰ ਤੇ ਭੁੰਦੜ ਸਾਹਿਬ ਕੀ ਚਾਹੁੰਦੇ ਨੇ ਜੇ ਤੁਹਾਡੀ ਰਾਏ ਪਾਰਟੀ ਵਾਂਗੂ? ਮੇਰੀ ਰਾਏ ਹੈ ਨਿੱਜੀ ਤੌਰ ਤੇ ਸਮਝੌਤਾ ਨਹੀਂ ਅੱਜ ਹੋ ਸਕਦਾ। ਸਾਡੇ ਹਾਲਾਤ ਹੀ ਇਸ ਤਰ੍ਹਾਂ ਦੇ ਬਦਲ ਗਏ ਨਾ। ਅੱਜ ਬੀਜੇਪੀ ਜਿਹੜੇ ਹਾਲਾਤ ਤੇ ਖੜੀ ਹੈ, ਜਿਸ ਤਰ੍ਹਾਂ ਉਹ ਮਨਾ ਉਲਟੀ ਜਾਂ ਹੋਰ ਗੱਲਾਂ ਕਰ ਰਹੀ ਹੈ, ਸਾਡਾ ਸਮਝੌਤਾ ਅੱਜ ਨਹੀਂ ਕਿਸੇ ਸਵਾਲ। ਅਕਾਲੀ ਦਲ ਦੇ ਕੁਛ ਕੁ ਲੀਡਰ ਜਿਵੇਂ ਖਾਸ ਕਰਕੇ ਵਿਕਰਮ ਮਜੀਠੀਆ, ਉਹਨਾਂ ਦਾ ਜ਼ਰੂਰ ਆਭਾਰ ਹੋ ਰਿਹਾ ਹੈਗਾ, ਪਿਛਲੀਆਂ ਪ੍ਰੈਸ ਕਾਨਫਰੰਸਾਂ ਦੇਖਣ ਨੂੰ ਮਿਲੀਆਂ, ਪਰ ਸਾਰੇ ਅਕਾਲੀ ਦਲ ਦਾ ਉਵੇਂ ਆਭਾਰ ਨਹੀਂ ਹੋ ਰਿਹਾ ਐਜ਼ ਅ ਪਾਰਟੀ। ਖਾਸ ਤੌਰ ਦੇ ਉੱਤੇ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਪਿਛਲੀਆਂ ਤਿੰਨ ਟਰਮਾਂ, ਉਸ ਨੂੰ ਲੈ ਕੇ ਜਿਹੜੇ ਕਿੰਤੂ ਪਰੰਤੂ ਨੇ, ਬੇਅਦਬੀ ਵਾਲੀ ਗੱਲ ਸਾਹਮਣੇ ਆ ਜਾਂਦੀ ਆ, ਹੁਣ ਹੋਰ ਬਹੁਤ ਸਾਰੇ ਮਸਲੇ ਹੋਰ ਸਾਹਮਣੇ ਆ ਰਹੇ। ਅਕਾਲੀ ਦਲ ਨੇ ਜੇ ਨਹੀਂ ਕੁਛ ਕੀਤਾ, ਤੁਸੀਂ ਕਰਕੇ ਦਿਖਾ ਦਿਓ, ਕੁਦ ਚੰਗਾ ਕਰਕੇ ਦਿਖਾ ਦਿਓ। ਸਭ ਤੋਂ ਨਹੀਂ ਹੋ ਰਿਹਾ, ਹੁਣ ਤੁਸੀਂ ਭਗਵੰਤ ਮਾਨ ਵਾਲੇ ਦੇ ਕਰ ਲਓ ਐਕਸ਼ਨ ਤੇ ਕਰ ਲਓ, ਕਿਉਂ ਚੁੱਪ ਬੈਠੇ ਹੋ? ਖੇਤਰੀ ਪਾਰਟੀ ਦੇ ਹੋਣ ਦੇ ਨਾਤੇ, ਜਿਹੜੀ ਜ਼ਮੀਨੀ ਪੱਧਰ ਤੋਂ ਪਿੰਡਾਂ 'ਚ ਉੱਠੀ ਹੋਈ ਸ਼ਹੀਦਾਂ ਦੀ ਪਾਰਟੀ ਮੰਨੀ ਜਾਂਦੀ ਆ, ਸਰਪੰਚ ਦੀ ਸਰਮੌਰ ਸੰਸਥਾ ਗੀ, ਉਹਨੇ ਕੀ ਕੀਤਾ? ਹਰ ਚੀਜ਼ ਜਿਹਨਾਂ ਕੱਟੀਆਂ ਡਾਂਗਾਂ ਖਾਧੀਆਂ, ਵਾਰ ਵਾਰ ਬਹੁਤ ਕੁਛ ਕੀਤਾ, ਲੇਕਿਨ ਅਫਸੋਸ ਇਹੀ ਹੈ ਕਿ ਜਦੋਂ ਆਪਦੇ ਆਪਦੇ ਨੂੰ ਲੱਗ ਜਾਣ, ਫਿਰ ਦੂਜੇ ਨੂੰ ਕੀ ਕਹਿ ਸਕਦੇ? ਤੁਹਾਨੂੰ ਕਦੇ ਕਦੇ ਭੁੰਦੜ ਸਾਹਿਬ ਇਹ ਵੀ ਲੱਗਦਾ ਵੀ ਅਕਾਲੀ ਦਲ ਆਪਦਾ ਸਥਿਤੀ ਜਾਂ ਆਪਦੀਆਂ ਗੱਲਾਂ ਲੋਕਾਂ ਨੂੰ ਉਸ ਹਿਸਾਬ ਨਾਲ ਕਲੀਅਰ ਨਹੀਂ ਕਰ ਸਕਿਆ? ਪੰਜਾਬ ਦੇ ਲੋਕਾਂ ਨੂੰ ਯਾਦ ਨਹੀਂ ਕਿ ਪੰਜਾਬ ਨੂੰ ਕਿੱਥੋਂ ਲੈ ਕੇ ਅਸੀਂ ਅਕਾਲੀ ਦਲ ਕਿੱਥੇ ਲੈ ਕੇ ਗਏ? ਜਿਵੇਂ ਤੁਸੀਂ ਕਹਿੰਦੇ ਹੋ ਵੀ ਲੋਕ ਭੁੱਲ ਗਏ, ਉਵੇਂ ਹੀ ਲੋਕ ਵੀ ਇਹ ਕਹਿੰਦੇ ਵੀ ਅਕਾਲੀ ਦਲ ਜਦੋਂ ਬੀਜੇਪੀ ਦੇ ਨਾਲ ਸਮਝੌਤਾ ਕਰ ਰਿਹਾ ਤਾਂ ਉਦੋਂ ਅਕਾਲੀ ਦਲ ਵੀ ਬਹੁਤ ਸਾਰੇ ਵਾਅਦੇ ਭੁੱਲ ਗਿਆ। ਜਿਹੜੇ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਜਾਂ ਟੌਰਚਰ ਕੀਤਾ ਸਿੱਖਾਂ ਨੂੰ, ਉਹਨਾਂ ਨੂੰ ਹੀ ਤਰੱਕੀਆਂ ਦੇ ਦਿੱਤੀਆਂ, ਉਹ ਵੀ ਅਕਾਲੀਆਂ ਦੇ ਮੈਂ ਉਹਦੇ 'ਚ ਤਾਂ ਸਾਰਾ ਕਹਿ ਨਹੀਂ ਸਕਦਾ ਕਿਉਂਕਿ ਮੈਂ ਕਿਹੜਾ ਐਡਮਿਨਿਸਟ੍ਰੇਸ਼ਨ 'ਚ, ਮੈਂ ਉਸ ਵੇਲੇ ਜਿਸ ਵੇਲੇ ਗੱਲਾਂ ਹੋਈਆਂ ਮੈਂ ਤਾਂ ਪਹਿਲਾਂ ਵਜ਼ੀਰ ਰਹਿ ਲਿਆ। ਨਹੀਂ ਭੁੰਦੜ ਸਾਹਿਬ, ਇੰਨਾ ਕੁ ਤਾਂ ਪਤਾ ਸੀ ਵੀ ਕੀ ਸੁਮੇਧ ਸਿੰਘ ਸੈਣੀ ਪੰਜਾਬ ਦਾ ਰਾਜ, ਸੁਮੇਧ ਸਿੰਘ ਸੈਣੀ ਹੀ ਚਲਾ ਸਕਦਾ ਸੀ। ਸਭ ਤੋਂ ਜ਼ਿਆਦਾ ਸੀਨੀਅਰ ਤੁਸੀਂ ਜਾਂ ਢੀਂਡਸਾ ਸਾਹਿਬ ਆਊਗੀ, ਹੁਣ ਚਲੋ ਹੋ ਸਕਦਾ ਵੀ ਘਰ ਵਾਪਸੀ ਹੋ ਜੇ, ਪਰ ਤੁਹਾਨੂੰ ਇਹ ਲੱਗਦਾ ਗਾ ਵੀ ਬੀਜੇਪੀ ਨਾਲ ਸਮਝੌਤਾ ਬਹੁਤ ਵੱਡੀ ਇੱਕ ਮਿਸਟੇਕ ਸੀ ਜਿਹੜੀਆਂ ਹੁਣ ਤੁਹਾਨੂੰ ਕਈ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਹੈਗੀਆਂ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਰਾਜਨੀਤਿਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜੇ ਅਸੀਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਹੁਣ 2024 ਨੂੰ ਲੈ ਕੇ ਜਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਹੈਗੀਆਂ। ਇੱਕ ਪਾਸੇ ਚਰਚਾ ਇਹ ਚੱਲ ਰਹੀ ਆ ਵੀ ਅਕਾਲੀ ਦਲ ਦੇ ਜਿਹੜੇ ਅਲੱਗ ਹੋਏ ਲੀਡਰ ਨੇ, ਚਾਹੇ ਉਹ ਢੀਂਡਸਾ ਧੜਾ ਹੋਵੇ ਜਾਂ ਕੋਈ ਹੋਰ ਧੜੇ ਹੋਣ, ਉਹ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਰਹੇ ਨੇ, ਅਤੇ ਦੂਜੇ ਪਾਸੇ ਬੀਜੇਪੀ ਨੂੰ ਲੈ ਕੇ ਚਰਚਾ ਗਈ, ਅਤੇ ਤੀਸਰੀ ਗੱਲ ਸਭ ਤੋਂ ਵੱਡੀ ਉੱਭਰ ਕੇ ਆ ਰਹੀ ਆ ਵੀ ਅਕਾਲੀ ਲੀਡਰਾਂ ਦੇ ਵਿੱਚੋਂ ਕੁਝ ਕੁ ਚਿਹਰਿਆਂ ਦਾ ਜਿਹੜਾ ਉਭਾਰ ਹੋ ਰਿਹਾ, ਪਰ ਅਕਾਲੀ ਪਾਰਟੀ ਦਾ ਉਭਾਰ ਨਹੀਂ ਹੋ ਰਿਹਾ। ਬਹੁਤ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਨੇ, ਅਤੇ ਦੂਜੇ ਪਾਸੇ ਇੱਕ ਗੱਲ ਸਭ ਤੋਂ ਵੱਡੀ ਇਹ ਵੀ ਆ ਵੀ ਅਕਾਲੀ ਦਲ ਨੂੰ ਲੈ ਕੇ, ਚਾਹੇ ਉਹ ਪੰਥਕ ਮਸਲੇ ਹੋਣ ਜਾਂ ਰਾਜਨੀਤਿਕ ਮਸਲੇ ਹੋਣ, ਪਹਿਲਾਂ ਵਾਲੀਆਂ ਜਦੋਂ ਉਹਨਾਂ ਦੀਆਂ ਸੱਤਾ ਦੇ ਵਿੱਚ ਸਰਕਾਰਾਂ ਰਹੀਆਂ ਜਾਂ ਪਾਰਟੀਆਂ ਰਹੀਆਂ, ਉਸ ਨੂੰ ਲੈ ਕੇ ਹਜੇ ਵੀ ਲੋਕਾਂ ਦੇ ਵਿੱਚ ਦੁਚਿੱਤੀ ਬਣੀ ਹੋਈ ਆ। ਲੋਕ ਕਹਿ ਰਹੇ ਨੇ ਵੀ ਅਸੀਂ ਅਕਾਲੀ ਦਲ 'ਤੇ ਕਿਵੇਂ ਵਿਸ਼ਵਾਸ ਕਰੀਏ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਸੀਨੀਅਰ ਅਕਾਲੀ ਲੀਡਰ ਸਰਦਾਰ ਬਲਵਿੰਦਰ ਸਿੰਘ ਭੁੰਦੜ। ਭੁੰਦੜ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਧਾਰੀਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀ ਮੁਬਾਰਕ ਹੋਵੇ ਜੀ ਤੁਹਾਨੂੰ ਵੀ, ਬਾਬਾ ਸਾਰੇ ਸਰੋਤਿਆਂ ਨੂੰ ਮੁਬਾਰਕ ਹੋਵੇ ਜੀ, ਗੁਰੂ ਕਿਰਪਾ ਕਰੇ ਸਾਰਿਆਂ 'ਤੇ, ਮਿਹਰ ਭਰੇ ਹੱਥ ਰੱਖੇ ਗੁਰੂ ਜੀ। ਭੁੰਦੜ ਸਾਹਿਬ, ਪਹਿਲਾ ਸਵਾਲ,
ਆਮ ਸੱਥਾਂ ਦੇ ਵਿੱਚ ਇਹ ਚਰਚਾ ਗਈ ਵੀ ਅਕਾਲੀ ਦਲ ਦੇ ਕੁਛ ਕੁ ਲੀਡਰ ਜਿਵੇਂ ਖਾਸ ਕਰਕੇ ਬਿਕਰਮ ਮਜੀਠੀਆ, ਉਹਨਾਂ ਦਾ ਜ਼ਰੂਰ ਆਭਾਰ ਹੋ ਰਿਹਾ ਹੈਗਾ, ਪਿਛਲੀਆਂ ਪ੍ਰੈਸ ਕਾਨਫਰੰਸਾਂ ਦੇਖਣ ਨੂੰ ਮਿਲੀਆਂ, ਪਰ ਸਾਰੇ ਅਕਾਲੀ ਦਲ ਦਾ ਉਵੇਂ ਆਭਾਰ ਨਹੀਂ ਹੋ ਰਿਹਾ ਐਜ਼ ਆ ਪਾਰਟੀ। ਸਮੇਂ ਦੀ ਗੱਲ ਹੁੰਦੀ ਹੈ, ਰੀਜਨਲ ਪਾਰਟੀ ਹੈ ਜੀ, ਸਾਰੀਆਂ ਪਾਰਟੀਆਂ ਇਸ 'ਤੇ ਅਟੈਕ ਕਰ ਰਹੀਆਂ ਹਨ ਕਿਉਂਕਿ ਇਹਦਾ ਇਤਿਹਾਸ ਬੜਾ ਲੰਬਾ ਹੈ ਜੀ, ਅਤੇ ਸਾਰੀਆਂ ਪਾਰਟੀਆਂ ਨੂੰ ਇਹ ਕਿ ਇਹ ਹੀ ਦੁਆਰਾ ਅੱਗੇ ਆਉਣੀ ਹੈ, ਇਸ ਕਰਕੇ ਉਹ ਸਾਰੇ ਹੀ ਅਟੈਕ ਹੈ ਜਿਹੜਾ ਇੱਕੋ ਇੱਕ ਪਾਰਟੀ 'ਤੇ ਕਰ ਰਹੇ ਨੇ। ਔਰ ਰੀਜਨਲ ਪਾਰਟੀ ਹੋਣ ਕਰਕੇ ਜਿਹੜਾ ਨੈਸ਼ਨਲ ਪ੍ਰੈਸ ਹੈ ਜਾਂ ਨੈਸ਼ਨਲ ਮੀਡੀਆ ਹੈ, ਇਹਦੇ ਕੰਟਰੋਲ ਜਿਹੜਾ ਹੈਗਾ ਉਹ ਸਰਮਾਏਦਾਰਾਂ ਦਾ ਹੈ, ਉਹ ਵੀ ਕੁਦਰਤੀ ਉਸ ਬੋਲੀ ਬੋਲਦਾ ਹੈ। ਇਸ ਕਰਕੇ ਕਈ ਕਾਰਨ ਨੇ, ਕਿਉਂਕਿ ਗੱਲ ਤਾਂ ਕੌੜੀ ਹੈ ਜਿਹੜੀ ਮੈਂ ਕਹਿ ਬੈਠਾ, ਲੇਕਿਨ ਗੱਲ ਹੈ ਸੱਚੀ ਜੀ ਕਿ ਉਹਦੇ 'ਚ ਵੱਸ ਨਹੀਂ ਹੁੰਦਾ। ਤੁਸੀਂ ਜਰਨਲਿਸਟ ਹੋ, ਕਿੰਨੇ ਪੜ੍ਹੇ ਲਿਖੇ ਕਾਬਲ ਹੋ, ਤੁਸੀਂ ਚਾਹੋ ਆਪਦੀ ਗੱਲ ਨਹੀਂ ਕਰ ਸਕਦੇ, ਮਾਲਕ ਜੋ ਚਾਹੇ ਗੱਲ ਹੋਏਗੀ। ਮੈਂ ਨਹੀਂ ਕਹਿੰਦਾ ਕਿ ਇਹ ਚੈਨਲ ਜਾਂ ਫਲਾਣਾ ਚੈਨਲ, ਲੇਕਿਨ ਜਰਨਲੀ ਜੋ ਮੇਨ ਮੀਡੀਆ ਜੀ ਜਿਸ ਦਾ ਵੱਡੇ ਲੈਵਲ 'ਤੇ ਦੇਸ਼ 'ਚ ਕਾਰ ਹੈ, ਉਸ ਮੀਡੀਆ ਦਾ ਕਿ ਉਹ ਸਾਰਾ ਲੋਕ ਮਗਰ ਪਏ ਹੋਏ ਰੀਜਨਲ ਪਾਰਟੀ ਦੇ, ਇਸ ਕਰਕੇ ਉਹ ਕਾਰਨ ਨੇ। ਬਾਕੀ ਰਹੀ ਗੱਲ ਕਿ ਆਸਤਾ ਆਸਤਾ ਲੋਕਾਂ 'ਚ ਇਹ ਗੱਲ ਸੋਚ ਕਰਦੀ ਜਾ ਰਹੀ ਹੈ ਕਿ ਅਕਾਲੀ ਦਲ ਵਾਕਿਆ ਇੱਕ ਕੁਰਬਾਨੀ ਵਾਲੀ ਪਾਰਟੀ ਸੀ, ਹਮੇਸ਼ਾ ਪੰਜਾਬੀਆਂ ਦੇ ਦੇਸ਼ ਦੇ ਭਲੇ ਵਾਸਤੇ ਸੋਚਦੀ ਸੀ, ਇਹਦੇ ਦੁਆਰਾ ਅੱਗੇ ਆਉਣਾ ਚਾਹੀਦਾ। ਇਹ ਤਕਰੀਬਨ ਮੈਂ ਨਹੀਂ ਕਹਿੰਦਾ ਕਿ ਜੋ ਮੈਂ ਕਹਿੰਦਾ ਉਹ ਸਾਰਾ ਠੀਕ ਹੋਏਗਾ, ਲੇਕਿਨ ਜੋ ਸਾਨੂੰ ਨਜ਼ਰ ਆਉਂਦਾ ਕਿ ਵੀ ਗਾਹੇ ਗਾਹੇ ਸ਼ਹਿਰੀ ਤਬਕੇ ਨਾਲ ਗੱਲ ਕਰੀਂਦੀ ਹੈ, ਅਫੀਸਰ ਨਾਲ ਗੱਲ ਕਰੀਂਦੀ ਹੈ, ਪਬਲਿਕ ਦੇ ਸਿਆਣੇ ਇੰਟੈਲੀਜੈਂਟ ਬੰਦਿਆਂ ਨਾਲ ਗੱਲ ਕਰੀਂਦੀ, ਤਾਂ ਉਹਨਾਂ ਸਭ ਦਾ ਇਹੀ ਹੈ ਕਿ ਨਹੀਂ ਜੀ ਆਭਾਰ ਹੋਣਾ ਚਾਹੀਦਾ, ਇਹ ਗਲਤ ਹੋ ਗਿਆ, ਜੇ ਪਾਰਟੀ ਥੱਲੇ ਚਲੀ ਗਈ ਤਾਂ ਪੰਜਾਬ ਦਾ ਨੁਕਸਾਨ ਹੋ ਜਾਣਾ ਜੀ। ਸੋ ਇਸ ਕਰਕੇ ਗੁਰੂ ਕਿਰਪਾ ਕਰੇਗਾ ਸਮੇਂ ਦੇ ਨਾਲ ਸਾਰੇ ਠੀਕ ਹੋ ਜਾਣ। ਪਰ ਖਾਸ ਤੌਰ ਦੇ ਉੱਤੇ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਪਿਛਲੀਆਂ ਤਿੰਨ ਟਰਮਾਂ, ਉਸ ਨੂੰ ਲੈ ਕੇ ਜਿਹੜੇ ਕਿੰਤੂ ਪਰੰਤੂ ਨੇ, ਬੇਅਦਬੀ ਵਾਲੀ ਗੱਲ ਸਾਹਮਣੇ ਆ ਜਾਂਦੀ ਆ, ਹੁਣ ਹੋਰ ਬਹੁਤ ਸਾਰੇ ਮਸਲੇ ਹੋਰ ਸਾਹਮਣੇ ਆ ਰਹੇ, ਉਹ ਜਿਹੜੇ ਦਾਗ ਆ ਉਹ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ ਮੂਹਰੇ ਖੜ੍ਹੇ ਹੋ ਜਾਂਦੇ ਆ ਕੇ। ਦੇਖੋ ਪੁਆਇੰਟ ਇਹੋ ਹੀ ਹੈ, ਬਹੁਤ ਵੱਡਾ ਪੁਆਇੰਟ ਹੈ ਕਿ ਜਿਹੜਾ ਤੁਸੀਂ ਕੁਐਸਚਨ ਕੀਤਾ, ਲੋਕ ਇਹ ਕੁਐਸਚਨ ਕਰਦੇ, ਤੁਸੀਂ ਉਹ ਲੋਕਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਆਉਂਦੇ ਹੋ। ਮੈਂ ਸੰਗਤ ਨੂੰ ਕਹਿਣਾ ਚਾਹੁੰਦਾ, ਪਬਲਿਕ ਨੂੰ ਜੀ, ਕਿ ਤੁਸੀਂ ਕਦੇ ਇਹ ਸੋਚਿਆ ਕਿ ਬਲੂ ਸਟਾਰ ਕਿੱਡਾ ਵੱਡਾ ਐਕਸ਼ਨ ਸੀ, ਕਾਂਗਰਸ ਨੇ 1900 ਵਿੱਚ ਕਿੱਡੀਆਂ ਕਿੱਡੀਆਂ ਗਲਤੀਆਂ ਕੀਤੀਆਂ, ਬਲੂ ਸਟਾਰ ਵਾਲੇ ਉਹ ਅਕਾਲੀ ਪਾਰਟੀ ਨਿੰਦ ਰਹੀ ਹੈ, ਨੰਬਰ ਇੱਕ। ਨੰਬਰ ਦੋ, ਆਹ ਮੌਜੂਦਾ ਸਰਕਾਰ ਹੈ, ਇਹਦੇ 'ਚ ਹਰਿਮੰਦਰ ਸਾਹਿਬ ਦੇ ਅੰਦਰ ਚੰਨੀ ਜੀ ਵੇਲੇ ਚਲਿਆ ਜਾਣਾ ਬੰਦੇ ਨੇ, ਗੁਰੂ ਗ੍ਰੰਥ ਸਾਹਿਬ, ਗੁਰੂ ਨੇ ਕਿਰਪਾ ਕਰਤੀ ਨੇ, ਉਸ ਵੇਲੇ ਦੇਸ਼ 'ਚ ਕਤਲਾਮ ਸ਼ੁਰੂ ਹੋ ਜਾਂਦਾ, ਅਗਰ ਉਹ ਬੰਦਾ ਗੁਰੂ ਗ੍ਰੰਥ 'ਤੇ ਅਟੈਕ ਉਹਦਾ ਹੋ ਜਾਂਦਾ ਜਿਹੜਾ ਕਰਨ ਗਿਆ ਸੀ ਜੀ, ਉਹਦਾ ਰੱਬ ਨੇ ਕਿਰਪਾ ਕੀਤੀ ਕਿ ਮਹਾਂਗਾ ਚੱਕ ਕੇ ਬਾਹਰ ਸੁੱਟਤਾ, ਅੱਗੇ ਲੋਕਾਂ ਨੇ ਚੱਕ ਲਿਆ। ਫਿਰ ਆ ਹੁਣ ਕੱਲ੍ਹ ਪਰਸੋਂ ਗੋਲੀਆਂ ਚੱਲੀਆਂ, ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਹੈ, ਬਣਾ ਰਿਹਾ ਸੀ ਗੁਰਪੁਰਬ, ਉਸ 'ਤੇ ਪਾਠ ਦਾ ਟਾਈਮ ਹੈ ਸੁਬਾਹ ਦਾ 4 ਵਜੇ ਦਾ, ਕਿ ਪੁਲਿਸ ਗਈ ਠਾਹ ਠਾਹ ਗੋਲੀਆਂ, ਕੋਈ ਉੱਥੇ ਮੌਬ ਨਹੀਂ, ਕੋਈ ਉੱਥੇ ਪ੍ਰੋਟੈਸਟ ਨਹੀਂ, ਕੋਈ ਕੁਛ ਨਹੀਂ, ਗੁਰੂ ਘਰ 'ਚ ਜੀ, ਕੋਈ ਉਸ ਤੋਂ ਸਪੀਕਰ ਤੋਂ ਗਲਤ ਪ੍ਰਚਾਰ ਨਹੀਂ, ਉਹਦੇ ਪਾਠ ਚੱਲ ਰਿਹਾ। ਉਸ ਵੇਲੇ ਗੋਲੀ ਚੱਲ ਜਾਣੀ ਅਤੇ ਬੰਦਾ ਮਰ ਜਾਣਾ, ਅਤੇ ਗੋਲੀਆਂ ਵੀ 300-400 ਚੱਲਣੀਆਂ, ਪੁਲਿਸ ਨੇ ਜਾ ਕੇ ਚਲਾਉਣੀ ਆ, ਔਰ ਹੁਕਮ ਸਰਕਾਰ ਦਾ ਹੋਣਾ। ਕੀ ਨਿੱਕਾ ਜਿਹਾ ਵਾਕਿਆ, ਕੀ ਬਲੂ ਸਟਾਰ ਤੋਂ ਘੱਟ ਹੈ, ਕੀ ਮਿੰਨੀ ਬਲੂ ਸਟਾਰ ਨਹੀਂ। ਫਿਰ ਅਨੰਦਪੁਰ ਸਾਹਿਬ ਹੋਇਆ, ਉੱਥੇ ਅੰਦਰ ਚਲਿਆ ਗਿਆ ਬੰਦਾ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕੀਤੀ, ਮੋਰਿੰਡੇ
ਇਹ ਤਾਂ ਮੈਂ ਮੋਟੀਆਂ ਗੱਲਾਂ ਕਰਦਾ, ਬਾਕੀ ਘੱਟੋ ਘੱਟ 392 400 ਹੋ ਚੁੱਕੀਆਂ ਨੇਗੀਆਂ ਬਲੂ ਸਟਾਰ ਤੋਂ ਬਾਅਦ, ਅਮਰਿੰਦਰ ਦੇ ਸਮੇਂ 'ਚ, ਇਹਨਾਂ ਦੇ ਸਮੇਂ 'ਚ, ਇਹਨਾਂ ਦੇ ਆਇਆਂ ਤੋਂ ਹੀ ਘੱਟੋ ਘੱਟ 100 ਤੋਂ ਉੱਪਰ ਹੋ ਗਈਆਂ, ਔਰ ਇਹਨਾਂ ਦੇ ਆਇਆਂ ਤੋਂ ਆਹ 2-3 ਵੱਡੀਆਂ ਘਟਨਾਵਾਂ ਤਾਂ ਹੋਈਆਂ ਜਿਹੜੀਆਂ, ਕਪੂਰਥਲੇ ਵਾਲੀ, ਸੁਲਤਾਨਪੁਰ ਲੋਧੀ ਵਾਲੀ ਹੋਈ ਹੈ, ਉਹ ਤਾਂ ਇਹਨਾਂ ਨੇ ਕੀਤੀ ਹੈਗੀ, ਮਰਿੰਡੇ ਵਾਲੀ ਇਹਨਾਂ ਨੇ ਕੀਤੀ ਹੈ, ਤਖ਼ਤ ਸਾਹਿਬ ਵਾਲੀ ਇਹਨਾਂ ਨੇ ਕੀਤੀ ਹੈ। ਲੇਕਿਨ ਮੈਂ ਹੈਰਾਨ ਹਾਂ ਕਿ ਉੱਥੇ ਨਾ ਮੀਡੀਆ ਬੋਲਦਾ, ਨਾ ਪਬਲਿਕ ਬੋਲਦੀ ਹੈ, ਨਾ ਉਹ ਲੋਕ ਜਿਨ੍ਹਾਂ ਨੇ ਪਹਿਲਾਂ ਉਸ ਵੇਲੇ ਰੌਲੇ ਪਾਏ ਸੀ, ਨਾ ਉਹ ਲੋਕ ਪਤਾ ਨਹੀਂ ਕਿੱਧਰ ਗਏ, ਪਤਾ ਨਹੀਂ ਉਹ ਗੁਰਸਿੱਖ ਕਿੱਧਰ ਲੁੱਕ ਗਏ, ਹੁਣ ਉਹ ਗੁਰਸਿੱਖ ਹੈ ਕਿ ਉਹ ਚਲੇ ਗਏ, ਅਤੇ ਨਾ ਉਹ ਗੁਰਸਿੱਖ ਬਲੂ ਸਟਾਰ 'ਤੇ ਬੋਲਦੇ ਨੇ। 34 ਇੰਨੇ ਹੋ ਕਿੰਨੇ ਸਾਲ ਹੋ ਗਏ, ਗਿਣ ਲਓ ਇੰਨੇ ਸਾਲ ਹੋ ਗਿਆ, ਅੱਜ ਤੱਕ ਇਨਸਾਫ਼ ਨਹੀਂ ਮਿਲਿਆ, ਇੱਕ ਬੰਦਾ ਨਹੀਂ ਬੋਲਦਾ, ਉਲਟਾ ਅਕਾਲੀ ਦਲ ਨੂੰ, ਅਕਾਲੀ ਦਲ ਨੂੰ, ਅਕਾਲੀ ਦਲ ਨੂੰ, ਇਹਨੇ ਜੀ ਐਂ ਨਹੀਂ ਕੀਤਾ, ਐਂ ਨਹੀਂ ਕੀਤਾ, ਇਹਨਾਂ ਨੇ ਐਂ ਨਹੀਂ ਕੀਤਾ। ਇਸ ਕਰਕੇ ਮੈਂ ਤਾਂ ਹੈਰਾਨ ਇਹ ਹੈ ਕਿ ਗੁਰੂ ਸਾਹਿਬ ਨੂੰ ਸਮਾਤੀ ਦੇਵੇ ਕਿ ਉਹ ਭਲੇ ਮਾਨਸੋ, ਤੁਸੀਂ ਆਪ ਤਾਂ ਆਪਣੇ ਆਪਣੇ ਨੂੰ ਨਾਂ ਲੈਂਦੋ, ਕੋਈ ਬਗਾਨਾ ਲੈਂਦੇ ਮੰਨ ਲਿਆ, ਤੁਸੀਂ ਜਾਂ ਤਾਂ ਕੋਈ ਕਰਕੇ ਦਿਖਾਓ, ਅਕਾਲੀ ਦਲ ਨੇ ਜੇ ਨਹੀਂ ਕੁਛ ਕੀਤਾ ਤੁਸੀਂ ਕਰਕੇ ਦਿਖਾ ਦਿਓ, ਕੁਝ ਚੰਗਾ ਕਰਕੇ ਦਿਖਾ ਦਿਓ। ਸਾਥ ਤਾਂ ਨਹੀਂ ਹੋ ਰਿਹਾ, ਹੁਣ ਤੁਸੀਂ ਆਪ ਭਗਵੰਤ ਮਾਨ ਵਾਲੇ ਦੇ ਕਰ ਲਓ ਐਕਸ਼ਨ 'ਤੇ ਕਰ ਲਓ, ਕਿਉਂ ਚੁੱਪ ਬੈਠੇ ਹੋ? ਕੀ ਇਸ ਐਕਸ਼ਨ ਨੂੰ ਕੋਈ ਮਾਫ਼ੀ ਹੈ, ਕੋਈ ਇਸ ਐਕਸ਼ਨ ਦੀ ਕੋਈ ਹੈਗੀ ਐਕਸਪਲੇਨੇਸ਼ਨ ਕਿ ਕਿਉਂ ਹੋਇਆ? ਭੁਪਿੰਦਰ ਸਾਹਿਬ, ਜਿਹੜੇ ਐਕਸ਼ਨ ਬੇਅੰਤ ਸਿੰਘ ਦੀ ਸਰਕਾਰ 'ਚ ਹੋਏ ਜਾਂ ਜਿਹੜੇ ਆ ਹੁਣ ਹੋ ਰਹੇ ਆ ਭਗਵੰਤ ਮਾਨ ਦੀ ਸਰਕਾਰ 'ਚ, ਅਸੀਂ ਕਦੇ ਇਹਦੀ ਉਹ ਨਹੀਂ ਕਹਿੰਦੇ ਵੀ ਇਹ ਚੰਗੇ ਹੋ ਰਿਹਾ ਸੀ, ਇਹਦੀ ਪੁਰਜ਼ੋਰ ਕਹਿਣੇ ਵੀ ਨਖੇਧੀ ਕਰਦੇ ਹਾਂ, ਬਹੁਤ ਮਾੜੇ ਹੋ ਰਹੇ ਆ। ਪਰ ਗੱਲ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਵੀ ਜਦੋਂ 96 ਦੇ ਵਿੱਚ ਜਾਂ 97 ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਗਏ ਸੀ ਵੀ ਜਥੇਦਾਰ ਕੌਂਕੇ ਦਾ, ਜਥੇਦਾਰ ਖੁੱਡੀਆਂ ਦਾ, ਜਾਂ ਹੋਰ ਜਿਹੜੇ ਨੌਜਵਾਨ ਸਾਡੇ ਕਤਲ ਕੀਤੇ ਗਏ, ਉਹ ਅੰਨਾ ਤਸ਼ੱਦਦ ਹੋਇਆ ਪੰਜਾਬ ਦੇ ਵਿੱਚ, ਉਹਦਾ ਅਸੀਂ ਇਨਸਾਫ਼ ਦਵਾਵਾਂਗੇ, ਵੀ ਉਸ ਨੂੰ ਲੈ ਕੇ ਕਿਉਂ ਨਹੀਂ ਅਕਾਲੀ ਦਲ ਬੋਲਿਆ? ਮਤਲਬ ਸਵਾਲ ਸਾਡਾ ਇਹ ਆ, ਅਸੀਂ ਉਹਦਾ ਉਹ ਨਹੀਂ ਕਹਿੰਦੇ, ਉਹ ਤਾਂ ਮਾੜੇ ਹੈਗੇ ਹੀ ਸੀਗੇ, ਪਰ ਇਹ ਖੇਤਰੀ ਪਾਰਟੀ ਦੇ ਹੋਣ ਦੇ ਨਾਤੇ, ਜਿਹੜੀ ਜ਼ਮੀਨੀ ਪੱਧਰ ਤੋਂ ਪਿੰਡਾਂ 'ਚ ਉੱਠੀ ਹੋਈ ਸ਼ਹੀਦਾਂ ਦੀ ਪਾਰਟੀ ਮੰਨੀ ਜਾਂਦੀ ਆ, ਸਰਪੰਥ ਦੀ ਸਰਮੌਰ ਸੰਸਥਾ ਗੀ, ਉਹਨੇ ਕੀ ਕੀਤਾ? ਤੁਹਾਡੀ ਗੱਲ ਆ ਜਿਹੜੀ, ਮੈਂ ਮੰਨਦਾ ਕਿ ਤੁਸੀਂ ਪੰਥਕ ਸਰਕਾਰ ਕਰਕੇ ਇਹ ਕੁਸਚਨ ਪਬਲਿਕ ਪੁੱਛਦੀ ਹੈ ਜੀ, ਲੇਕਿਨ ਪਬਲਿਕ ਦੇ ਤੋਂ ਹੀ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਸੰਗਤ ਕੋਲ ਬੇਨਤੀ ਕਰਨਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਇਹੀ ਹੋਇਆ ਬਹਿਬਲ ਕਾਂਡ, ਇਹਦੀ 20 ਦਿਨਾਂ ਦੇ ਅੰਦਰ ਅੰਦਰ ਇਨਕੁਆਇਰੀ CBI ਨੂੰ ਭਿਜਵਾ ਦਿੱਤੀ, ਇਹਨਾਂ ਹੀ ਬੰਦਿਆਂ ਨੇ ਸਾਰਿਆਂ ਨੇ ਕਹਿ ਕੇ ਔਰ ਲਿਖਤੀ ਤੌਰ 'ਤੇ ਦੇ ਕੇ ਆਏ ਗਵਰਨਰ ਨੂੰ। ਅੱਜ ਉਹ ਮੌਜੂਦ ਹੈ ਗਵਰਨਰ ਕੋਲ, ਉਹ ਲੈਟਰ ਜਿਹੜਾ ਇਹ ਲਿਖਤੀ ਦੇਖ ਕੇ ਆਏ ਸਾਰੇ, ਆਪ ਉਹਨਾਂ ਕੋਲ ਭੇਜਤੀ, ਅਕਾਲੀ ਦਲ ਕਿੱਥੋਂ ਇਨਸਾਫ ਦੇਵੇ? ਨੰਬਰ 2, ਜਿਹੜੇ ਰਹਿ ਗਏ ਕੇਸ, ਇਹ ਉਹਨਾਂ ਕੇਸਾਂ ਜੇ ਦਵਿੰਦਰ ਭੁੱਲਰ ਨੂੰ ਫਾਂਸੀ ਤੋਂ ਸਜ਼ਾ ਤੋਂ ਬਦਲ ਕੇ ਦੂਜੀ ਸਜ਼ਾ 'ਚ ਆ ਗਿਆ, ਉਹ ਪਰੋਲ ਮਿਲਣ ਲੱਗ ਗਈ ਹੈ, ਅਤੇ ਕਿੰਨੇ ਹੀ ਬੰਦੇ ਹੋਰ ਪਰੋਲ 'ਤੇ ਆ ਗਏ ਨੇ ਜਾਂ ਉਹ ਉਹਨਾਂ ਦੀਆਂ ਸਜ਼ਾ ਭੇਜ ਵੀ ਦਿੱਤੇ ਨੇ, ਮੇਰੇ ਖਿਆਲ ਘੱਟੋ ਘੱਟ 10-12 ਨਾਂ ਉਹਨਾਂ 'ਚੋਂ ਇੰਪੋਰਟੈਂਟ ਨੇ, ਉਹ ਬੰਦੇ ਜਿਹੜੇ ਹੈਗੇ ਉਹ ਅਕਾਲੀ ਦਲ ਦੀ ਉਸ ਮਿਹਨਤ ਕਰਕੇ ਹੋਇਆ। ਜੇ ਰਾਜਵਾੜਾ ਸਾਹਿਬ ਦੀ ਫਾਂਸੀ ਉਦਣ ਟਲੀ, ਸਰਕਾਰ ਦਾ ਪਹਿਲਾ ਦਿਨ ਸੀ 97 'ਚ ਜਿੱਦਣ ਫਾਂਸੀ ਦਾ ਆਰਡਰ ਆ ਗਿਆ, ਲੇਕਿਨ ਬਾਦ ਸਾਹਿਬ ਨੇ ਕਿਹਾ ਸਾਨੂੰ ਬੁਲਾਇਆ 4-5 ਜਣਿਆਂ ਨੂੰ, ਕੈਪਟਨ ਕਮਲਜੀਤ ਵੀ ਜਿਉਂਦਾ ਹੁੰਦਾ ਸੀ, 4-5 ਜਣਿਆਂ ਕਿ ਦੱਸੋ ਇਹ ਕੀ ਕਰੀਏ, ਵੀ ਮੈਂ ਫਾਂਸੀ ਤਾਂ ਦੇ ਨਹੀਂ ਸਕਦਾ। ਤਾਂ ਜਿਹੜੇ ਅਫਸਰ ਉਸ ਵੇਲੇ ਦਾ ਚੀਫ ਸੈਕਟਰੀ, ਉਹ ਕਹਿੰਦੇ ਸਰਕਾਰ ਟੁੱਟੂਗੀ, ਉਹ ਕਹਿੰਦੇ ਟੁੱਟ ਜੇ, ਮੈਂ ਨਹੀਂ ਕਰ ਸਕਦਾ, ਕੁਛ ਕੁ ਤਰੀਕਾ ਕਰੋ। ਲੇਕਿਨ ਮੈਂ ਸਮਝਦਾ ਕਿ ਸ਼ਾਬਾਸ਼ ਹੈ, ਉਸ ਵੇਲੇ ਦਾ ਜੇਲ੍ਹ ਸੁਪਰਡੈਂਟ ਵੀ ਜਿਹੜਾ ਪਟਿਆਲਾ, ਮੈਂ ਉਹਦਾ ਵੀ ਧੰਨਵਾਦ ਕਰਦਾ, ਉਸ ਵੇਲੇ ਦੇ ਅਫਸਰਾਂ ਦਾ ਵੀ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ। ਔਰ ਬਾਦ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਨਹੀਂ ਦੇਵਾਂਗਾ, ਇਹਦਾ ਕਾਰਨ ਲੱਭ ਕੇ ਉਹਦਾ ਤਰੀਕਾ ਲੱਭਿਆ ਗਿਆ ਔਰ ਫਾਂਸੀ ਟਲ ਗਈ। ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਗੁਰੂ ਨਾਨਕ ਦੇਵ ਦੇ 550 ਸਾਲੇ 'ਤੇ ਸਰਕਾਰ ਨੇ ਕਿਹਾ ਵੀ ਕਿ ਅਸੀਂ ਫਾਂਸੀ ਦੀ ਸਜ਼ਾ ਬਦਲ ਦਿਆਂਗੇ ਉਮਰ ਕੈਦ ਦੇ ਵਿੱਚ, ਲੇਕਿਨ ਜੇ ਨਹੀਂ ਬਦਲੀ ਤਾਂ
ਸਾਡੇ ਬਸ ਨਹੀਂ ਗੱਲ। ਇਹ ਸਾਰੀਆਂ ਮਿਹਨਤਾਂ ਅਕਾਲੀ ਦਲ ਨੇ ਕੀਤੀਆਂ, ਲੇਕਿਨ ਕੁਛ ਗੱਲਾਂ ਫਿਰ ਵੀ ਰਹਿ ਗਈਆਂ, ਜਿਵੇਂ ਤੁਸੀਂ ਕਹਿ ਰਹੇ ਹੋ ਕਾਂਕੇ ਸਾਹਿਬ ਦੀ ਗੱਲ ਹੈ, ਦੂਸਰਾ ਹਵਾਰਾ ਜੀ ਦੀ ਗੱਲ ਹੈ, ਲੇਕਿਨ ਅਸੀਂ ਤਾਂ ਸਾਰਿਆਂ ਮਗਰ ਲੱਗ ਕੇ ਯਤਨ ਕੀਤੇ। ਸੋ ਕਈ ਵਾਰੀ ਕਈ ਤਾਂ ਗੱਲਾਂ, ਇਹੀ ਤਾਂ ਨੁਕਸ ਹੈ ਕਿ ਸੈਂਟਰ ਨੇ ਹੁਣ ਜਿਵੇਂ ਤੁਹਾਡੀਆਂ ਸਾਰੀਆਂ ਪੁਜੀਸ਼ਨਾਂ ਅਰਥ ਖੋਹ ਲਈਆਂ ਸਾਰੀਆਂ, ਕਿਉਂ ਨਹੀਂ ਅਸੀਂ ਇੰਨੇ ਚਿਰ ਬੋਲੇ ਜੇ ਬਲਿਊ ਸਟਾਰ ਹੋਇਆ ਉਹਦੇ 'ਚ ਖਾਲਿਸਤਾਨ ਸਾਡੇ ਗੱਲ ਪਾਇਆ, ਉਹ ਕਿਉਂ ਪਾਇਆ? ਕਿਉਂਕਿ ਅਸੀਂ ਅਨੰਦਪੁਰ ਦਾ ਮਤਾ ਮੋਰ ਪਾਵਰ ਮੰਗਦੇ ਸੀ। ਅੱਜ ਇਹ ਸਾਰੀਆਂ ਪਾਰਟੀਆਂ ਮੋਰ ਪਾਵਰ ਦੇ ਕੇ ਉਦੋਂ ਸਾਡੀ ਵਿਰੋਧ ਕਰਦੀਆਂ ਸੀ, ਅੱਜ ਇਹ ਸਾਰੀਆਂ ਪਾਰਟੀਆਂ ਪਾਣੀ ਮੰਗੀ ਜਾਂਦੀਆਂ, ਜਦੋਂ ਅਸੀਂ ਪਾਣੀ ਦਾ ਮੋਰਚਾ ਲਾਇਆ ਇਹ ਵਿਰੋਧ ਕਰਦੇ ਸੀ ਆ ਲੋਕ। ਕਿਹੜਾ ਇਸ਼ੂ ਹੈ ਜਿਸ ਨੂੰ ਪੰਜਾਬ ਦੇ ਵਿੱਚ ਅਕਾਲੀ ਪਾਰਟੀ ਨੇ, ਜੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੈ, ਚੰਡੀਗੜ੍ਹ ਦੀ ਗੱਲ ਹੈ, ਪੰਜਾਬੀ ਇਲਾਕਿਆਂ ਦੀ ਗੱਲ ਹੈ, ਜਾਂ ਮੋਰ ਪਾਵਰ ਦੀ ਗੱਲ ਹੈ, ਇਹ ਸਾਰੀਆਂ ਗੱਲਾਂ 'ਤੇ ਅਕਾਲੀ ਲੜਦਾ? ਅੱਜ ਤੱਕ ਅਕਾਲੀ ਦਲ ਨੇ ਹੀ ਇੰਨਾ ਚਿਰ ਕਿਉਂ ਪ੍ਰਕਾਸ਼ ਸਿੰਘ ਬਾਦਲ ਦੀ 18 ਸਾਲ ਜੇਲ੍ਹ ਹੋਈ? ਕਿਉਂ ਅਸੀਂ ਲੋਕ ਉਹਨਾਂ ਤੋਂ ਛੋਟੇ ਹਾਂ? 20-20 ਸਾਲ ਅਸੀਂ ਵੀ 6-6, 7-7 ਸਾਲ ਕੱਟੀ ਬੈਠੇ ਹਾਂ, ਜਦੋਂ ਕਿ ਬਹੁਤ ਮਗਰੋਂ ਆਏ ਸਿਆਸਤ ਦੇ ਵਿੱਚ, ਕੋਈ ਸਭ ਤੋਂ ਵੱਡੇ ਬਜ਼ੁਰਗ 10-10 ਸਾਲ ਕੱਟੀ ਬੈਠੇ ਨੇ, ਕੋਈ 4 ਸਾਲ, ਅਸੀਂ ਕੋਈ ਮਾੜੇ ਕੰਮ ਨਹੀਂ ਕੀਤੇ, ਅਸੀਂ ਇਹਨਾਂ ਪ੍ਰੋਟੈਸਟਾਂ 'ਚ ਹੀ ਕੱਟੀਆਂ, ਜਾਂ ਡਾਂਗਾਂ ਖਾਧੀਆਂ, ਮੁਜ਼ਾਹਰੇ ਕੀਤੇ, ਇੰਨਾ ਕੁਛ ਕਰਦੇ ਰਹੇ, ਤਾਂ ਅਸੀਂ ਇਹ ਪੰਜਾਬ ਦੇ ਭਲੇ ਵਾਸਤੇ ਕਰਦੇ। ਲੇਕਿਨ ਅਫਸੋਸ ਹੈ ਕਿ ਸਾਨੂੰ ਹੀ ਆਖੀ ਜਾਂਦੇ ਨੇ ਕਰਦੇ ਨਹੀਂ, ਅਤੇ ਸਾਡੇ ਵੇਲੇ ਸਾਡੇ ਸਾਨੂੰ ਵਿਰੋਧ ਕਹੀ ਜੀ ਪਾਣੀ ਦੀ ਕੁੱਟ ਨਹੀਂ ਦਿੰਦੇ ਭਰਾਵਾਂ ਨੂੰ, ਇਹ ਜੀ ਐਵੇਂ ਖਾਲਿਸਤਾਨ ਮੰਗੇ ਜਾਂਦੇ ਜੀ ਮੋਰ ਪਾਵਰ। ਅੱਜ ਪੁੱਛ ਲਓ GST ਚਲੀ ਗਈ, ਕੱਖ ਨਹੀਂ, ਅੱਜ ਸੂਬੇ ਮਿਊਂਸਪੈਲਿਟੀ ਤੋਂ ਮਾੜੇ ਹੋ ਗਏ। ਰੋਜ਼ ਪਿੜਦੇ ਨਾ ਕਈ ਤੋਂ ਰੁਪਈਏ ਬਾਗੇ, ਸਾਨੂੰ ਰੁਪਈਏ ਨਹੀਂ ਦਿੰਦੇ, ਸਾਡਾ ਟੈਕਸ ਵੀ ਸਾਨੂੰ ਨਹੀਂ ਮੋੜਦੇ, ਦੂਜੇ 'ਤੇ ਕੀ ਮੋੜਨਾ? ਪਾਵਰ ਰਹਿ ਗਈ ਕੋਈ ਕਿ GST ਇਕੱਠੀ ਕੀਤੀ, ਟੈਕਸ ਸਾਰੇ ਖਤਮ ਹੋ ਗਏ ਨੇ, ਵੱਡੇ ਟੈਕਸ, ਵੈਲਥ ਟੈਕਸ ਹੈ, ਐਕਸਾਈਜ਼ ਡਿਊਟੀਜ਼ ਹੈ, ਇਹ ਸਾਰੀਆਂ ਉਹਨਾਂ ਕੋਲ ਹੈ, ਜਿਹੜੇ ਹੋਰ ਬਾਹਰੋਂ ਚੀਜ਼ਾਂ ਉਹਨਾਂ 'ਤੇ ਸਾਰੇ ਟੈਕਸ ਹੈ, ਇਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ। ਸੇਲ ਟੈਕਸ ਸੀ, ਉਹ ਵੀ GST ਨੇ ਖਤਮ ਕਰਕੇ ਸਾਰਾ ਕੁਛ ਲੈ ਲਿਆ, GST ਸਾਰੀ ਲੈ ਜਾਂਦੇ ਨੇ, ਜਿਹੜੀ ਇਹਨਾਂ ਦੀ 40% ਹੈ ਉਹ ਵੀ ਪਹਿਲਾਂ ਇੱਥੇ ਨਹੀਂ ਛੱਡਦੇ, ਇੱਥੇ ਛੱਡਣੀ ਚਾਹੀਦੀ ਹੈ। ਸੋ ਇਹ ਮੈਂ ਇਹ ਇਸ਼ੂ ਤਾਂ ਅੱਜ ਤੁਹਾਡਾ ਦੂਸਰਾ, ਲੇਕਿਨ ਮੈਂ ਗੱਲਾਂ ਤਾਂ ਲਿਆਉਂਦੀਆਂ ਕਿ ਅਸੀਂ ਹਰ ਇਸ਼ੂ 'ਤੇ ਲੜੇ ਹਾਂ, ਔਰ ਉਸ ਇਸ਼ੂ 'ਚ ਮੈਂ ਤਾਂ ਕਹਿ ਸਕਦਾ ਕਿ ਮੈਂ ਤਾਂ ਆਪ ਜੇਲ੍ਹਾਂ ਕੱਟੀਆਂ ਨੇ, ਐਮਰਜੈਂਸੀ 'ਚ ਕੱਟੀਆਂ, ਬੋਰ ਪਾਵਰ 'ਚ ਕੱਟੀਆਂ, ਹਰ ਚੀਜ਼ ਜੇਲ੍ਹਾਂ ਕੱਟੀਆਂ, ਡਾਂਗਾਂ ਖਾਧੀਆਂ ਵਾਰ ਵਾਰ ਜੀ, ਬਹੁਤ ਕੁਛ ਕੀਤਾ। ਲੇਕਿਨ ਅਫਸੋਸ ਇਹੀ ਹੈ ਕਿ ਜਦੋਂ ਆਪਦੇ ਆਪਦੇ ਨੂੰ ਲੱਗ ਜਾਣ, ਫਿਰ ਦੂਜੇ ਨੂੰ ਕੀ ਕਹਿ ਸਕਦਾ? ਤੁਹਾਨੂੰ ਕਦੇ ਕਦੇ ਭੁੰਦੜ ਸਾਹਿਬ ਇਹ ਵੀ ਲੱਗਦਾ ਵੀ ਅਕਾਲੀ ਦਲ ਆਪਦਾ ਸਥਿਤੀ ਜਾਂ ਆਪਦੀਆਂ ਗੱਲਾਂ ਲੋਕਾਂ ਨੂੰ ਉਸ ਹਿਸਾਬ ਨਾਲ ਕਲੀਅਰ ਨਹੀਂ ਕਰ ਸਕਿਆ ਵੀ ਬਦਨਾਮ ਹੀ ਇੰਨਾ ਜ਼ਿਆਦਾ ਕਰਤਾ ਵਿਰੋਧੀਆਂ ਨੇ, ਜਾਂ ਕੀ ਹੋਇਆ ਇਹ, ਜਾਂ ਕੀ ਹੋਇਆ ਕਲੀਅਰ ਕਿਉਂ ਨਹੀਂ? ਜਦੋਂ 40 ਜਣੇ ਇੱਕ ਪਾਸੇ ਬੋਲਣ ਲੱਗ ਜਾਣ, ਇੱਕ ਜਣਾ ਇੱਕ ਪਾਸੇ ਹੋਵੇ, ਤਾਂ ਉਹ ਸੱਚਾ ਝੂਠਾ ਬਣ ਜਾਂਦਾ। ਲੋਕ ਰਾਜ ਕੀ ਚੀਜ਼ ਹੈ? ਇੱਕ ਕੌੜੀ ਗੱਲ ਮੈਂ ਕਹਿਣ ਲੱਗਿਆ, ਲੋਕ ਰਾਜ ਘੱਟ ਗਿਣਤੀ ਦੇ ਕਦੇ ਹੱਕ 'ਚ ਹੋਇਆ ਹੀ ਨਹੀਂ, ਬਹੁਤ ਵੱਡੀ ਗੱਲ ਮੈਂ ਕਹਿਣ ਲੱਗਿਆ। ਕਿਉਂ? ਵੋਟਾਂ ਦਾ ਰਾਜ ਹੈ। ਤੁਸੀਂ ਇੱਕ ਪੜ੍ਹੇ ਲਿਖੇ ਕਾਬਲ ਜਰਨਲਿਸਟ ਹੋ, 10 ਅਨਪੜ੍ਹ ਮੂਰਖ ਬੈਠੇ ਇੱਧਰ, ਵੋਟਾਂ ਪੈ ਗਈਆਂ, ਤੁਸੀਂ ਕਹਿ ਜਾਓਗੇ ਨੌਨ ਜਿੱਤੋਗੇ, ਤੁਸੀਂ ਤਾਂ ਨਹੀਂ ਜਿੱਤੇ, ਲੋਕ ਰਾਜ ਹੈ। ਇਸ ਕਰਕੇ ਮਨੋਰਟੀ ਦਾ ਕਦੇ, ਪਹਿਲਾਂ ਤਾਂ ਪੰਜਾਬ ਦੀਆਂ ਸੀਟਾਂ 13 ਪਾਰਲੀਮੈਂਟ ਦੀਆਂ, ਫਿਰ ਸਾਡੀ ਗਿਣਤੀ 2% ਹੈ, ਸਭ ਤੋਂ ਛੋਟੀ ਮਨੋਰਟੀ ਸਿੱਖ ਹੈ ਇੰਡੀਆ 'ਚ, ਸਾਥੋਂ ਤਾਂ ਜੈਨੀ ਬੋਧੀ ਅਤੇ ਪਾਰਸੀਨ ਵੀ ਜ਼ਿਆਦਾ ਨੇ, ਹਿੰਦੁਸਤਾਨ ਸਭ ਤੋਂ ਛੋਟੀ ਮਨੋਰਟੀ ਘੱਟ ਗਿਣਤੀ ਦੀ ਸਿੱਖ ਹੈ। ਇਸ ਕਰਕੇ ਸਾਡੀ ਵੋਟ ਤਾਂ ਉਹਨੂੰ, ਸਾਡੀ ਤਾਂ ਕੁਰਬਾਨੀ ਸੀ ਜਿਹਦੇ ਪਿੱਛੇ ਦੇਸ਼ ਆਜ਼ਾਦ ਕਰਾਇਆ, ਉਹ ਭੁੱਲ ਗਏ ਲੋਕ, ਇਹਨੂੰ ਪਤਾ ਨਹੀਂ ਦੇਸ਼ ਆਜ਼ਾਦ ਕਿਵੇਂ ਹੋਇਆ, ਇਹਨਾਂ ਨੂੰ ਕੋਈ ਉਹ ਗੱਲਾਂ ਯਾਦ ਨਹੀਂ, ਜਿਵੇਂ ਪੰਜਾਬ ਦੇ ਲੋਕਾਂ ਨੂੰ ਯਾਦ ਨਹੀਂ ਕਿ ਪੰਜਾਬ ਨੂੰ ਕਿੱਥੋਂ ਲੈ ਕੇ ਅਸੀਂ ਅਕਾਲੀ ਦਲ ਕਿੱਥੇ ਲੈ ਕੇ ਗਏ ਹਾਂ। ਜਿਵੇਂ ਤੁਸੀਂ ਕਹਿੰਦੇ ਹੋ ਵੀ ਲੋਕ ਭੁੱਲ ਗਏ, ਉਵੇਂ ਹੀ ਲੋਕ ਵੀ ਇਹ ਕਹਿੰਦੇ ਵੀ ਅਕਾਲੀ ਦਲ ਜਦੋਂ BJP ਦੇ ਨਾਲ ਸਮਝੌਤਾ ਕਰ ਰਿਹਾ ਤਾਂ ਉਦੋਂ ਅਕਾਲੀ ਦਲ ਵੀ ਬਹੁਤ ਸਾਰੇ ਵਾਅਦੇ ਭੁੱਲ ਗਿਆ, ਉਹੀ ਗੱਲ ਤੁਹਾਡੇ ਮੂਹਰੇ ਆ ਕੇ ਖੜ੍ਹ ਗਈ? ਨਹੀਂ, ਅਕਾਲੀ ਦਲ ਸਾਰੇ ਵਾਅਦੇ ਉਸ ਵੇਲੇ ਵੀ ਗੱਲਾਂ ਕਰਦੇ ਰਹੇ, ਰਿਕਾਰਡ ਦੇ ਰਹੀਆਂ ਆ। ਜੇ ਆ ਮੋਰ ਪਾਵਰ ਸਰਕਾਰਾਂ ਟੁੱਟਣੋਂ ਹਟੀਆਂ ਤਾਂ ਵਾਜਪਾਈ ਵੇਲੇ ਇਹ ਸਾਡੀ ਉਸ ਕਮੇਟੀ ਬੈਂਕਟਰ 40 ਕਮਿਸ਼ਨ ਬਣਿਆ ਸੀ, ਇਹ ਉਸੇ ਨੇ ਰਿਪੋਰਟ ਦਿੱਤੀ ਸੀ। ਉਦੋਂ ਬਾਅਦ ਅਕਾਲੀ ਦਲ, ਉਦੋਂ ਬਾਅਦ ਸੂਬਿਆਂ ਦਾ ਰਾਜ ਜੁੜਦਾ ਨਹੀਂ, ਅਜਾ ਰਾਜ ਰਹਿ ਜਾਂਦੇ ਜਿਹੜੇ ਹਾਲ ਚੱਲੀ ਜਾਂਦੇ, ਕਦੋਂ ਦਾ ਗਵਰਨਰ ਰੂਲ ਲੱਗਿਆ ਹੁੰਦਾ? ਇਸ ਕਰਕੇ ਉਦੋਂ ਬਾਅਦ ਦੇਸ਼ ਦੇ ਗਵਰਨਰ ਰੂਲ ਨਹੀਂ ਕੋਈ ਲੱਗਿਆ। ਇਹ ਅਸੀਂ ਕੀਤਾ ਬਹੁਤ ਕੁਛ,
ਲੇਕਿਨ ਕੀਤਾ ਕਿੱਤਰਾ ਸਾਰਾ ਇੱਕ ਪਾਸੇ ਸਾਰੇ ਹੋਣਗੇ। ਹੁਣ ਅੱਜ ਕਾਂਗਰਸ ਮੰਗੀ ਜਾਂਦੀ ਹੈ ਸਾਨੂੰ ਭਾਅ ਪੱਕੇ ਦੇ ਦਿਓ ਜੀ, ਸਾਡੀਆਂ ਰੇਟ ਕਰ ਦਿਓ, ਉਦੋਂ ਅਸੀਂ ਮੰਗਦੇ ਸੀ ਦੁਆਨੀ 'ਚ ਕਰਦੇ, ਅੱਜ ਕਹਿੰਦੇ ਮੋਰ ਪਾਵਰ, ਉਦੋਂ ਸਾਨੂੰ ਪੁੱਟ ਕੇ ਬਲੂ ਸਟਾਰ, ਕਾਂਗਰਸ ਨੇ ਬਲੂ ਸਟਾਰ ਕੀਤਾ ਨਾ ਖਾਲਿਸਤਾਨ ਕਹਿ ਕੇ, ਅੱਜ ਮੋਰ ਪਾਵਰ ਖੁਦ ਨਹੀਂ ਮੰਗਦੇ, ਅਤੇ ਫਿਰ ਕੌਣ ਦੋਸ਼ੀ, ਕੌਣ ਉਹ ਹੋਇਆ ਕਿ ਅਸੀਂ ਹੋਏ, ਦੋਸ਼ੀ ਉਹੀ ਨੇ। ਲੇਕਿਨ ਗੱਲ ਉਹੀ ਹੈ ਕਿ ਇੱਕ ਪਾਸੇ ਦਸ ਨੇ, ਇੱਕ ਪਾਸੇ ਇੱਕ ਹੈ ਜੀ, ਇੱਕ ਬੰਦੇ ਦੀ ਆਵਾਜ਼ ਕਿੰਨੀ ਸੱਚੀ ਹੈ, ਕਿੰਨੀ ਵੱਡੀ ਹੈ, ਕਿੰਨੀ ਉੱਚੀ ਹੈ, ਦਸ ਬੰਦਿਆਂ ਦੇ ਰੋਲੇ 'ਚ ਕਿਵੇਂ ਸੁਣਜੂ। ਜਿਵੇਂ ਅਸਥਾਮਾ ਹੱਥੋਂ ਆਖਿਆ ਸੀ, ਢੋਲ ਖੜਕਾਤਾ, ਉਹਨੇ ਜਦੋਂ ਪੁੱਛਿਆ ਭਿਸ਼ਮ ਪਿਤਾਮਹ ਨਰੋਵਾ ਕੁੰਚਰੋ, ਉਹ ਢੋਲ ਖੜਕਾਤਾ, ਉਹਨੂੰ ਸੁਣਿਆ ਹੀ ਨਹੀਂ, ਕੀ ਹੋਇਆ, ਉਹਦੀ ਮੌਤ ਹੋ ਗਈ। ਇਹੀ ਚੀਜ਼ ਹੈ, ਅੱਜ ਜਿਹੜਾ ਸੱਚ ਹੈ ਉਹਨੂੰ ਝੂਠ ਦਾ ਰੌਲਾ ਪਾ ਕੇ ਉਸ 'ਚ ਲੁਕੋਇਆ ਜਾ ਰਿਹਾ। ਸਿੱਖ ਕੌਮ ਬਹਾਦਰ ਕੌਮ ਹੈ, ਇਸ ਦਾ ਜਿਹੜੇ ਇਹਦੀ ਸੱਚਾਈ ਹੈ, ਇਹਦੀ ਬਹਾਦਰੀ ਹੈ, ਅੱਜ ਉਸਦਾ ਨਹੀਂ ਕੋਈ ਇੱਜ਼ਤ ਨਹੀਂ ਕੀਤੀ ਜਾ ਰਹੀ। ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰੂ ਗ੍ਰੰਥ ਸਾਹਿਬ 'ਤੇ ਅਟੈਕ ਹੋ ਰਹੇ ਨੇ, ਜਿਹੜਾ ਦੁਨੀਆ ਦਾ ਭਲਾ ਮੰਗਦਾ। ਗੁਰੂ ਗ੍ਰੰਥ ਸਾਹਿਬ 'ਚ ਕਿਤੇ ਕੋਈ ਲਫ਼ਜ਼ ਹੈ ਜਿਹੜਾ ਦੁਨੀਆ ਦਾ ਭਲਾ ਨਹੀਂ ਮੰਗਦਾ? ਪਰ ਭੁੰਦਰ ਸਾਹਿਬ, ਇਹ ਵੀ ਹੋਇਆ ਵੀ ਜਿਹੜੇ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਜਾਂ ਟੋਰਚਰ ਕੀਤਾ ਸਿੱਖਾਂ ਨੂੰ, ਉਹਨਾਂ ਨੂੰ ਹੀ ਤਰੱਕੀਆਂ ਦੇ ਦਿੱਤੀਆਂ, ਉਹ ਵੀ ਅਕਾਲੀਆਂ ਦੇ ਚੀਜ਼। ਤਰੱਕੀ ਤਾਂ ਦੇਖੋ, ਕੋਈ ਅਕਾਲੀ ਦਲ ਨੇ ਕਿਸੇ ਨੂੰ ਇਹ ਤਾਂ ਤਰੱਕੀ ਦਿੱਤੀ ਨਹੀਂ, ਕਿਸੇ ਨੂੰ ਮੋਇਟ ਤੋਂ ਜ਼ਿਆਦਾ ਜਾ ਕੇ ਦਿੱਤੀ। ਲੇਕਿਨ ਜਿਹੜੀਆਂ ਪੋਸਟਿੰਗਾਂ ਹੁੰਦੀਆਂ ਨੇ, ਜਦੋਂ ਕੋਈ ਸਾਂਝਾ ਰਾਜ ਹੁੰਦਾ ਤਾਂ ਸਾਰੇ ਰਾਜ ਚਲਾਉਣ ਵਾਸਤੇ ਦੂਜੇ MLA ਦੀ, ਦੂਸਰਿਆਂ ਦੀ, ਸਾਰਿਆਂ ਦੀ ਰਾਏ ਮੰਨਣੀ ਪੈਂਦੀ ਹੈ, ਕਈ ਵਾਰੀ ਇਹੋ ਜਿਹੇ ਕਾਰਨ ਬਣ ਜਾਂਦੇ ਨੇਗੇ। ਸੋ ਮੈਂ ਉਹਦੇ 'ਚ ਤਾਂ ਸਾਰਾ ਕਹਿ ਨਹੀਂ ਸਕਦਾ, ਕਿਉਂਕਿ ਮੈਂ ਕਿਹੜਾ ਐਡਮਿਨਿਸਟ੍ਰੇਸ਼ਨ 'ਚ, ਮੈਂ ਉਸ ਵੇਲੇ ਜਿਸ ਵੇਲੇ ਇਹ ਗੱਲਾਂ ਹੋਈਆਂ ਮੈਂ ਤਾਂ ਪਹਿਲਾਂ ਵਜ਼ੀਰ ਰਹਿ ਲਿਆ। ਨਹੀਂ ਭੁੰਦਰ ਸਾਹਿਬ, ਇੰਨਾ ਕੁ ਤਾਂ ਪਤਾ ਸੀ ਵੀ ਕੀ ਸੁਮੇਧ ਸਿੰਘ ਸੈਣੀ ਪੰਜਾਬ ਦਾ ਰਾਜ, ਸੁਮੇਧ ਸਿੰਘ ਸੈਣੀ ਹੀ ਚਲਾ ਸਕਦਾ ਸੀ। ਮੈਂ ਨਹੀਂ ਕਹਿੰਦਾ ਵੀ ਇਹ ਚਲਾ ਸਕਦਾ, ਕੋਈ ਵੀ ਚਲਾ ਸਕਦਾ ਸੀ। ਲੇਕਿਨ ਉਸ ਵੇਲੇ ਕਿਵੇਂ ਫੈਸਲੇ ਹੋਏ, ਕੀ ਇਹ ਤਾਂ ਐਡਮਿਨਿਸਟ੍ਰੇਸ਼ਨ ਉਸ ਵੇਲੇ ਦੇ ਹਾਲਾਤ 'ਤੇ ਹੁੰਦਾ ਨਾ, ਕਿ ਮੈਂ ਤਾਂ MLA ਵੀ ਨਹੀਂ ਸੀ ਉਦੋਂ, ਮੈਂ ਨਹੀਂ ਸੀ MLA, ਵਜ਼ੀਰ ਤਾਂ ਹੁਣੇ ਕਿ ਜਦੋਂ ਮੈਂ MLA ਨਹੀਂ ਸੀ। ਤਾਂ ਇਸ ਕਰਕੇ ਕੌਣ ਕੀ ਕਿੱਥੋਂ ਕੀ ਹੋਇਆ ਕਿਸ ਤਰ੍ਹਾਂ, ਠੀਕ ਹੈ, BJP ਗੱਲ ਦਾ ਸਮਝੌਤਾ ਸੀ, ਉਹਨਾਂ ਦੇ 19 ਮੈਂਬਰ ਸੀ BJP ਦੇ, ਅਤੇ ਦਿੱਲੀ 'ਚ ਵੀ ਰਾਜ ਉਹਨਾਂ ਦਾ ਸੀ, ਕਈ ਵਾਰੀ ਪਤਾ ਨਹੀਂ ਕਿੱਥੋਂ ਕਿੱਧਰ ਦੇ ਹਾਲਾਤ ਬਣ ਜਾਂਦੇ ਨੇ। ਸੋ ਮੈਂ ਉਸ ਗੱਲ 'ਚ, ਕਿਉਂਕਿ ਮੈਨੂੰ ਪਤਾ ਨਹੀਂ, ਮੈਂ ਵਿੱਚ ਨਹੀਂ ਸੀ। ਸੋ ਮੈਂ ਤੁਹਾਨੂੰ ਇਹ ਅੱਜ ਦੀ ਘੜੀ, ਠੀਕ ਆ, ਹੁਣ ਬਾਦਲ ਸਾਹਿਬ ਇਸ ਦੁਨੀਆਂ 'ਚ ਨਹੀਂ ਰਹੇ, ਸਭ ਤੋਂ ਜ਼ਿਆਦਾ ਸੀਨੀਅਰ ਤੁਸੀਂ ਜਾਂ ਢੀਂਡਸਾ ਸਾਹਿਬ ਆਊਗੀ, ਹੁਣ ਚਲੋ ਹੋ ਸਕਦਾ ਵੀ ਘਰ ਵਾਪਸੀ ਹੋ ਜਾਵੇ, ਪਰ ਤੁਹਾਨੂੰ ਇਹ ਲੱਗਦਾ ਹੈਗਾ ਵੀ BJP ਨਾਲ ਸਮਝੌਤਾ ਬਹੁਤ ਵੱਡੀ ਇੱਕ ਮਿਸਟੇਕ ਸੀ, ਜਿਹੜੀਆਂ ਹੁਣ ਤੁਹਾਨੂੰ ਕਈ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਹੈਗੀਆਂ? ਉਸ ਵੇਲੇ ਜਿਹੜੇ ਹਾਲਾਤ ਸੀ ਨਾ, ਉਸ ਵੇਲੇ ਦੇ ਹਾਲਾਤ ਨੂੰ ਮੈਂ ਗਲਤ ਨਹੀਂ ਕਹਾਂਗਾ, ਅੱਜ ਹਾਲਾਤ ਹੋਰ ਨੇ, ਉਦੋਂ ਹਾਲਾਤ ਹੋਰ ਸੀ, ਅੱਜ BJP ਦੇ ਅਤੇ ਸਾਡੇ ਹਾਲਾਤ ਹੋਰ ਨੇ। ਉਸ ਵੇਲੇ BJP ਵੀ ਇੱਕ ਅਪੋਜੀਸ਼ਨ ਪਾਰਟੀ ਸੀ, ਕਾਂਗਰਸ ਨੇ ਬਲੂ ਸਟਾਰ ਕੀਤਾ ਸੀ, ਸਿੱਖ ਆਈਸੋਲੇਟ ਹੋ ਗਏ ਸੀ। ਉਸ ਆਈਸੋਲੇਸ਼ਨ ਨੂੰ ਖਤਮ ਕਰਨ ਵਾਸਤੇ ਹਿੰਦੁਸਤਾਨ 'ਚ ਕੋਈ ਵੱਡੀ ਪਾਰਟੀ, ਵੱਡੀ ਜਮਾਤ, ਉਹਦੇ ਨਾਲ ਹੱਥ ਮਿਲਾਉਣਾ ਪੈਣਾ ਸੀ। ਉਹ ਇਹ ਕਾਰਨ ਸੀ ਤਾਂ ਕਿ ਹਿੰਦੁਸਤਾਨ 'ਚ ਸਿੱਖ ਦੁਆਰਾ ਅਸਟੈਬਲਿਸ਼ ਹੋ ਜਾਣ, ਨਾ ਕਿ ਸਿੱਖਾਂ ਨੂੰ ਥਾਂ ਥਾਂ ਮਾਰਿਆ ਅਤੇ ਕੁੱਟਿਆ ਜਾਵੇ। ਕੋਈ ਤਾਂ ਸਾਡੇ ਨਾਲ, ਸਾਡੀ ਬਾਂਹ ਫੜ ਨਾਲ ਹੋਵੇ, ਬਾਕੀ ਤਾਂ ਸਾਰੇ ਫਿਰ ਕੇਸ ਕੱਟੇ ਵਾਲੇ ਨਾ, ਕਿਸੇ ਨਾਲ ਤਾਂ ਸਾਨੂੰ ਕਰਨਾ ਹੀ ਪੈਣਾ ਸੀ, ਪਾਰਟੀਆਂ ਦੋ ਹੀ ਸੀ ਉੱਥੇ ਸੈਂਟਰ 'ਚ ਮੇਨ। ਸੋ ਉਸ ਵੇਲੇ ਇਹ ਕਾਰਨ ਸੀ, ਉਸ ਵੇਲੇ ਦੇ ਕਾਰਨ ਦੇ, ਅੱਜ ਦੇ ਕਾਰਨਾਂ ਦਾ, ਅੱਜ ਕਾਰਨ ਹੋਰ, ਅੱਜ ਉਹ ਰੂਲਿੰਗ 'ਚ ਹੈ, ਅੱਜ ਉਹਦੀਆਂ ਹੋਰ ਬਣਗੀਆਂ। ਉਸ ਵੇਲੇ ਉਹ ਜਿਹੜੀਆਂ ਮੰਗਾਂ ਅਸੀਂ ਮੰਗਦੇ ਸੀ, ਉਸ ਵੇਲੇ ਤਾਂ ਇਹੀ ਮੰਗਾਂ ਉਹ ਮੰਗਦੇ ਸੀ। 2024 ਦੇ ਲੋਕ ਸਭਾ ਇਲੈਕਸ਼ਨ ਲਈ ਅਕਾਲੀ ਦਲ BJP ਦਾ ਸਮਝੌਤਾ ਹੋ ਰਿਹਾ, ਕੋਈ ਸਮਝੌਤੇ ਦੀ ਗੱਲ ਨਹੀਂ। ਤੁਸੀਂ ਨਿੱਜੀ ਤੌਰ 'ਤੇ ਭੁੰਦਰ ਸਾਹਿਬ ਕੀ ਚਾਹੁੰਦੇ ਨੇ ਜੇ ਤੁਹਾਡੀ ਰਾਏ ਪਾਰਟੀ ਮੰਗੋ? ਮੇਰੀ ਰਾਏ ਹੈ, ਨਿੱਜੀ ਤੌਰ 'ਤੇ ਸਮਝੌਤਾ ਨਹੀਂ ਅੱਜ ਹੋ ਸਕਦਾ, ਸਾਡੇ ਹਾਲਾਤ ਇਸ ਤਰ੍ਹਾਂ ਦੇ ਬਦਲ ਗਏ ਨਾ। ਅੱਜ BJP ਜਿਹੜੇ ਹਾਲਾਤ 'ਤੇ ਖੜੀ ਹੈ, ਜਿਸ ਤਰ੍ਹਾਂ ਉਹ ਮਨੋਰਟੀ ਜਾਂ ਹੋਰ ਗੱਲਾਂ ਕਰ ਰਹੀ ਹੈ, ਸਾਡਾ ਸਮਝੌਤਾ ਅੱਜ ਨਹੀਂ ਕਿਸੇ ਸਵਾਲ, ਮਤਲਬ ਕਰਨਾ ਨਹੀਂ ਚਾਹੀਦਾ ਤੁਹਾਡੇ, ਨਹੀਂ ਕਰਨਾ ਚਾਹੀਦਾ। ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਪਾਸੇ
ਬਠਿੰਡੇ ਤੋਂ ਲੋਕ ਸਭਾ MP ਨੇ ਜਿਹੜੇ ਹਰਸਿਮਰਤ ਕੌਰ ਬਾਦਲ, ਉਹਨਾਂ ਦੀ ਸਪੀਚ ਵੀ ਤੁਸੀਂ ਸੁਣੀ ਹੋਊ। ਉਦੋਂ ਬਾਅਦ ਫਿਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਵੀ ਬਿਆਨ ਆਉਂਦਾ ਗਾ, ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਤੁਸੀਂ ਵੀ ਜ਼ਿਆਦਾ ਲੰਬਾ ਸਮਾਂ ਸੈਂਟਰ ਦੀ ਪੋਲੀਟਿਕਸ ਹੀ ਕੀਤੀ ਹੈ। ਦੇਖੋ, ਮੈਂ ਸਮਝਦਾ ਕਿ ਗ੍ਰਹਿ ਮੰਤਰੀ ਜੀ ਉਹ ਸਟੇਟਮੈਂਟ ਤੋਂ ਚਿੜ ਗਏ, ਜਦੋਂ ਕਿ ਉਹਦਾ ਹੱਕ ਨਹੀਂ ਸੀ ਚਿੜਨ ਦਾ। ਉਹਨਾਂ ਨੂੰ ਸੁਣਨਾ ਚਾਹੀਦਾ ਸੀ, ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਹੁੰਦਾ ਹੈ, ਉਹਨੇ ਸਾਰੇ ਦੇਸ਼ ਦੀ ਆਵਾਜ਼ ਸੁਣਨੀ ਹੁੰਦੀ ਹੈ। ਸੁਣ ਕੇ ਉਹਦਾ ਇਹ ਨਹੀਂ ਹੁੰਦਾ ਕਿ ਉਸਦਾ ਆਵਾਜ਼ ਤੁਰਤ, ਜੇ ਤੁਹਾਨੂੰ ਗੱਲ ਕੌੜੀ ਲੱਗੀ ਤਾਂ ਕੌੜੀ 'ਚ ਹੀ ਜਵਾਬ ਦਿਓ। ਕਦੇ ਵੀ ਉਹਦਾ ਇਹ ਨਹੀਂ ਹੁੰਦਾ। ਉਹਦਾ ਹੱਲ ਇਹ ਸੀ ਕਿ ਉਹ ਸੋਚਦਾ ਕਿ ਗੱਲਾਂ ਨੇ ਕਿ ਇਹਦੇ ਕੀ ਹੋਣਾ ਚਾਹੀਦਾ, ਤਾਂ ਸੋਚ ਕੇ ਉਸ ਤੋਂ ਦਿੰਦਾ। ਉਹ ਕਾਹਲੀ 'ਚ ਫਟਾਫਟ ਜੋ ਕਿਹਾ ਉਹਨੇ ਠੀਕ ਨਹੀਂ ਕਿਹਾ, ਗਲਤ ਕਿਹਾ। ਤੁਸੀਂ ਨਹੀਂ ਸਹਿਮਤ ਹੋ? ਨਾ, ਬਿਲਕੁਲ ਨਹੀਂ। ਕਿਉਂਕਿ ਉਹਨੇ ਪੁੱਛਿਆ, ਤੁਸੀਂ ਕਹਿ ਰਹੇ ਹੋ ਅੱਜ ਨਹੀਂ ਛੱਡਦੇ, ਮੰਗੀ ਨਹੀਂ, ਤਾਂ ਤੁਸੀਂ ਫਿਰ ਵਾਅਦਾ ਕਿਉਂ ਕੀਤਾ 550 ਸਾਲੇ 'ਤੇ? ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਾਅਦਾ ਕਰਕੇ ਆਏ ਹੋ ਤੁਸੀਂ 550 ਸਾਲੇ 'ਤੇ ਸੁਲਤਾਨਪੁਰ ਲੋਧੀ, ਅਤੇ ਤੁਹਾਡਾ ਵਾਅਦਾ ਇਸ ਤਾਂ ਕਿਹਾ ਕਿ ਤੁਸੀਂ ਕਿਹਾ ਕਿ ਇਹਦੀ ਮਾਫ਼ੀ ਕਰੋਗੇ, ਤੁਸੀਂ ਕਰੋ। ਜੇ ਮੈਂ ਸੁਣਨਾ ਚਾਹੁੰਦਾ ਹੈਗਾ ਵੀ ਅਕਾਲੀ ਦਲ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸੀਗੇ BJP ਦੇ ਕਈ ਲੀਡਰਾਂ ਨੇ, ਚਾਹੇ ਉਹ ਅਟਲ ਬਿਹਾਰੀ ਵਾਜਪਾਈ ਹੁਣ ਜਾਂ ਹੁਣ ਨਰਿੰਦਰ ਮੋਦੀ ਆਉਂਦੇ ਆਉਂਦੇ, ਉਹ ਵਾਅਦਿਆਂ ਤੋਂ ਕਿਤੇ ਨਾ ਕਿਤੇ ਤੁਹਾਨੂੂੰ ਠਿੱਬੀ ਲੱਗੀ ਆ। ਨਾ ਤੁਸੀਂ ਲੋਕਾਂ ਦੇ ਵਿੱਚ ਜਾਣ ਜੋਗੇ ਰਹੇ ਹੋ, ਲੋਕਾਂ ਨੂੰ ਦੱਸਣ ਜੋਗੇ ਵੀ ਨਹੀਂ ਰਹੇ। ਕਈ ਪ੍ਰੋਮਿਸ ਨੇ, ਜਿਵੇਂ ਪਿਛਲੇ ਰੀਸੈਂਟਲੀ ਕਈ ਲੋਕ ਕਹਿ ਰਹੇ ਨੇ ਵੀ 20 ਤਰੀਕ ਨੂੰ ਤੁਹਾਡਾ ਇੱਕ ਵੱਡਾ ਇਕੱਠ ਹੋਣਾ ਸੀ ਦਿੱਲੀ 'ਚ, ਉਹ ਵੀ ਐਂ ਪੋਸਟਪੋਨ ਕਰਤਾ। ਨਹੀਂ, ਪੋਸਟਪੋਨ ਇਹ ਨਹੀਂ ਅਸੀਂ ਕੀਤਾ। ਉਹ ਦੇਖੋ, ਇੱਕ ਕਮੇਟੀ ਬਣਾਈ ਅਕਾਲ ਤਖਤ ਨੇ ਜੀ, ਅਕਾਲ ਤਖਤ ਨੇ ਕਮੇਟੀ ਬਣਾਈ, ਅਸੀਂ ਆਪਣਾ ਪ੍ਰੋਗਰਾਮ ਦਿੱਤਾ ਹੋਇਆ ਸੀ ਪਹਿਲਾਂ। ਉਸ ਕਮੇਟੀ ਦੇ ਉੱਤੇ ਜਿਹੜੀ ਕਮੇਟੀ ਉਹ ਬਣੀ, ਕਮੇਟੀ ਤਾਂ ਅਕਾਲ ਤਖਤ ਨੇ ਬਣਾਈ, ਇਸ ਤਾਂ ਬਣਾਈ ਨਹੀਂ। ਇਹ ਲੋਕ ਹਰ ਵੇਲੇ ਕਹਿੰਦੇ ਨੇ ਕਿ ਜੇ ਇਹ ਅਕਾਲ ਤਖਤ ਹੁਣ ਤੁਸੀਂ ਕਮੇਟੀ ਤੋਂ ਲਾ ਲਓ, ਕਿ ਸਾਡਾ ਤਾਂ ਕੋਈ ਬੰਦਾ ਹੀ ਨਹੀਂ ਕਮੇਟੀ 'ਚ। ਕਮੇਟੀ ਕਿਵੇਂ ਬਣੀ ਮੈਂ ਉਹਦੀ ਡਿਟੇਲ 'ਚ ਨਹੀਂ ਜਾਂਦਾ, ਲੇਕਿਨ ਉਹ 'ਚ ਜਿਹੜਾ ਦਿੱਲੀ ਵਾਲਾ ਪ੍ਰਧਾਨ ਹੈ, ਉਹਨਾਂ ਨੇ ਪਾਤਾ। ਚਲੋ, ਉਹਨਾਂ ਨੂੰ ਅੱਛਾ ਲੱਗਿਆ ਜੋ ਅਕਾਲ ਤਖਤ ਕਰਦਾ ਸੱਤ ਬਚਨ, ਲੇਕਿਨ DGP ਦਾ ਪ੍ਰਧਾਨ ਸੀ, ਉਹਨੇ ਕਹਿਤਾ ਕਿ ਤੁਸੀਂ ਬਾਈਪਾਸ ਕਰ ਦਿਓ ਅਕਾਲ ਤਖਤ ਦੀ ਕਮੇਟੀ ਨੂੰ। ਸਾਡੇ ਕੋਲ ਚਾਰਾ ਕੀ ਰਹਿ ਗਿਆ ਕਿ ਜੇ ਅਸੀਂ ਬਜ਼ਾਰਾ ਕਰਦੇ ਹਾਂ, ਬਾਈਪਾਸ ਹੋ ਗਿਆ ਤਾਂ ਸਾਡਾ, ਅਸੀਂ ਇੱਕ ਆ ਗਏ ਤਕਰਾਰ 'ਚ। ਉਹਦੇ ਦੋ ਅਰਥ ਨਿਕਲਦੇ ਸੀ, ਪਹਿਲਾਂ ਤਾਂ ਅਕਾਲ ਤਖਤ ਦੀ ਵਗਿਆ, ਦੂਜਾ ਕਿ ਤਾਂ ਉਹਦੀ ਰੌਲਾ ਪਾ ਕੇ ਅਸੀਂ ਕਰ ਦਿੰਦੇ ਸ਼ਾਇਦ, ਮਨਾ ਲੈਂਦੇ, ਇਹਨਾਂ ਨੇ ਰੌਲਾ ਪਾ ਤਾਂ ਮੰਨੇ ਨਹੀਂ। ਇਸ ਦੁਚਿੱਤੀ 'ਚ ਤੁਹਾਡੇ 'ਤੇ ਮੈਂ ਛੱਡਦਾ, ਤੁਸੀਂ ਕੀ ਫੈਸਲਾ ਕਰਦੇ, ਕੀ ਅਕਾਲ ਤਖਤ ਉਲਟ ਵਗ ਜਾਂਦੇ? ਨੰਬਰ 1, ਕੀ ਤੁਸੀਂ ਤਕਰਾਰ 'ਚ ਪੈ ਕੇ ਕਿ ਇਸ ਇਸ਼ੂ ਨੂੰ ਤਕਰਾਰ 'ਚ ਪਾਉਣਾ ਕਿ ਇਸ ਨੂੰ ਏਕਤਾ 'ਚ ਰੱਖਣਾ? ਇਹ ਦੋਵੇਂ ਗੱਲਾਂ ਕਾਰਨ ਕਰਕੇ ਅਸੀਂ ਸੋਚਿਆ, ਸੋਚ ਕੇ ਕਿ ਨਹੀਂ, ਕੋਈ ਗੱਲ ਨਹੀਂ, ਅਸੀਂ ਤਿਆਰੀ ਕੀਤੀ ਆ ਬੜੇ ਵੱਡੇ ਲੈਵਲ 'ਤੇ, ਹੁਣ ਅਸੀਂ ਸਾਰੇ ਦੇਸ਼ 'ਚੋਂ ਲੋਕ ਆਉਣੇ ਸੀਗੇ। ਜੇ ਉਹ ਇੱਕ ਕਮੇਟੀ ਬਣੀ, ਉਹਦੇ 'ਚ ਇੱਕ ਕਿੰਤੂ ਪ੍ਰੰਤੂ ਵੀ ਹੋਇਆ, ਖਾਸ ਕਰਕੇ ਹਮਦਰਦ ਸਾਹਿਬ ਨੂੰ ਲੈ ਕੇ ਅਤੇ ਬਿਰਸਾ ਸਿੰਘ ਬਲਟੋਹਾ ਨੂੰ ਲੈ ਕੇ, ਕੀ ਉਹ ਮੈਂਬਰ ਹੋਣੇ ਚਾਹੀਦੇ ਸੀ ਕਮੇਟੀ ਦੇ? ਨਹੀਂ, ਮੈਂ ਤਾਂ ਇਸ 'ਤੇ ਕੋਈ ਕਿੰਤੂ ਕਰ ਹੀ ਨਹੀਂ ਸਕਦਾ, ਅਕਾਲ ਤਖਤ ਦੀ ਕਮੇਟੀ 'ਤੇ ਮੈਂ ਕੌਣ ਆ ਕਿੰਤੂ ਕਰਨ ਵਾਲਾ? ਤੁਹਾਨੂੰ ਲੱਗਦਾ ਨਹੀਂ ਵੀ ਪੰਥਕ ਲੋਕ ਹੀ ਹੋਣੇ ਚਾਹੀਦੇ ਜਾਂ ਇੱਕ ਸਿਆਸੀ ਪਾਰਟੀ ਦਾ ਆਗੂ ਜਾਂ ਇੱਕ ਅਕਾਲ ਤਖਤ ਦੇ ਪੁਆਇੰਟ 'ਤੇ ਜਿੱਥੇ ਅਕਾਲ ਤਖਤ ਦਾ ਕੋਈ ਫੈਸਲਾ, ਉਸ 'ਤੇ ਮੈਨੂੰ ਕੁਛ ਨਹੀਂ ਲੱਗਦਾ, ਮੈਂ ਕੋਈ ਉਸ 'ਤੇ ਕਿੰਤੂ ਨਹੀਂ ਕਰਨਾ। ਇਹ ਅਕਾਲ ਤਖਤ ਦਾ ਹੀ ਜੋ ਹੈ ਫੈਸਲਾ, ਜੋ ਗੁਰੂ ਜਿਸ ਤਰ੍ਹਾਂ ਉਹਨੇ ਚਾਹਿਆ, ਗੁਰੂ ਨੇ ਜੈਦਰ ਅਕਾਲ ਤਖਤ ਤੋਂ ਕਰਵਾ ਤਾ, ਮੈਂ ਤਾਂ ਇਹਨੂੰ ਇਸ ਤਰ੍ਹਾਂ ਲੈਂਦਾ। ਮੈਂ ਕੋਈ, ਮੇਰੇ ਕਮੈਂਟ ਨਹੀਂ ਕੋਈ, ਮੈਂ ਉਸ 'ਤੇ ਕਿੰਤੂ ਨਹੀਂ ਕਰਨਾ ਅਤੇ ਨਾ ਸਾਨੂੰ ਕਰਨਾ ਚਾਹੀਦਾ। ਪਰ ਜਿਹੜੀ ਭੁੰਦੜ ਸਾਹਿਬ ਲੋਕਾਂ 'ਚ ਪਰਸੈਪਸ਼ਨ ਬਣ ਜਾਂਦੀ ਆ, ਉਹ ਅਕਾਲ ਤਖਤ ਨੂੰ ਛੱਡ ਕੇ ਉਹ ਅਕਾਲੀ ਦਲ ਦੀ ਹੀ ਬਣਦੀ ਆ, ਵੀ ਅਕਾਲੀ ਦਲ ਹੀ ਕਰਵਾਉਂਦਾ ਗਾ, ਜਥੇਦਾਰ ਥਾਪਦਾ ਵੀ ਅਕਾਲੀ ਦਲ ਆ, ਅਤੇ ਉਦੋਂ ਬਾਅਦ ਜੋ ਫੈਸਲੇ ਕਰਵਾਉਂਦਾ ਵੀ ਉਹ ਆ। ਮਾਫ਼ੀ ਵਾਲੀ ਗੱਲ ਹੁਣ ਮੈਂ ਚਲੋ ਪਿਛਲੀਆਂ ਗੱਲਾਂ 'ਚ ਨਹੀਂ ਪਊਂਗਾ, ਪਰ ਬਹੁਤ ਸਾਰੀਆਂ ਐਗਜ਼ਾਮਪਲਾਂ ਆਗੀਆਂ। ਨਹੀਂ, ਕੋਈ ਵੀ ਲੋਕਾਂ ਨੂੰ ਜਿਹੜਾ ਭੁਲੇਖ ਹੈ, ਉਹ ਬਹੁਤ ਵੱਡਾ ਭੁਲੇਖ ਹੈ। ਉਹਨਾਂ ਨੂੰ ਇੱਕ ਤਾਂ ਇਹ ਨਹੀਂ ਪਤਾ ਵੀ ਇਹਦੀ ਪ੍ਰਕਿਰਿਆ ਕੀ ਹੈ। ਉਹਦੀ ਪ੍ਰਕਿਰਿਆ ਕਿ SGPC ਇਸ ਵੇਲੇ ਮੇਨ ਜਮਾਤ ਹੈ ਸਿੱਖਾਂ ਦੀ ਜੀ, ਜਿਹੜੀ ਕਿ ਬੜੀ ਵੱਡੀ ਕੁਰਬਾਨੀ ਤੋਂ ਬਾਅਦ ਪ੍ਰਾਪਤ ਹੋਈ। ਉਹਨੂੰ ਅੱਜ ਦਿੱਲੀ ਵੀ ਤੋੜਨ ਲੱਗੀ ਹੈ, ਉਹਨੂੰ ਅੱਜ ਸਿੱਖ ਵੀ ਉਹਨੂੰ ਬਦਨਾਮ ਕਰਨ ਲੱਗੇ ਨੇ। ਉਹਦੇ ਉਸ ਪ੍ਰਕਿਰਿਆ ਦੇ ਮੁਤਾਬਕ, ਜੋ ਸਾਡੇ ਉਸ ਵੇਲੇ ਬਜ਼ੁਰਗਾਂ ਨੇ ਕੀਤੀ, ਉਹਦੇ ਮੁਤਾਬਕ ਇਸ ਦਾ ਅਕਾਲ ਤਖਤ ਥਾਪੇ ਜਾਂਦੇ ਨੇ।
ਜਿਹੜੀ ਉਹ SGPC ਹੈ ਉਹ ਸਿੱਖਾਂ ਤੋਂ ਬਗੈਰ ਉਹਨੂੰ ਮੰਨਦਾ ਕੋਈ ਨਹੀਂ। ਸਾਨੂੰ ਤਾਂ ਹੁਣ ਕਹਿੰਦੇ ਇੱਥੋਂ ਮੈਂ ਬੋਲਦਾ, ਮੇਰੇ ਮੂੰਹ 'ਚ ਕੋਈ ਲਫ਼ਜ਼ ਨਿਕਲਦੇ ਮੈਨੂੰ ਕਹਿਣ ਭੂਮ ਸਾਹਿਬ ਕਹਿ ਗਿਆ ਭਾਂਡੇ ਭੱਜ ਕੇ, ਚੱਲ ਕਰ ਮੈਂ ਤੜਕੇ ਜਾਊਂ, ਹੱਥ ਬੰਨ ਕੇ ਜੀ ਮੇਰੇ ਮੂੰਹ 'ਚੋਂ ਨਿਕਲ ਗਿਆ। ਮੈਂ ਨਹੀਂ ਸੀ ਸੋਚਿਆ, ਲੇਕਿਨ ਮੈਨੂੰ ਪਤਾ ਲੱਗਿਆ ਵਗਿਆ ਕਿ ਦੱਸੋ ਕੀ ਹੁਕਮ ਹੈ, ਭਾਂਡੇ ਮਾਂਜਣੇ, ਜੁੱਤੀਆਂ ਸਾਫ਼ ਕਰਨੀਆਂ ਨੇ ਕਿ ਝਾੜੂ ਮਾਰਨਾ ਕਿ ਪਾਠ ਕਰਨਾ, ਪਾਠ ਤਾਂ ਸਿੱਖ ਦਾ ਫਰਜ਼ ਹੀ ਹੈ। ਤਾਂ ਉਹ ਹੀ ਮੈਨੂੰ ਦੱਸੋ ਕਿ ਸਾਥੋਂ ਬਗੈਰ ਕੋਈ ਬੰਦਾ ਜਾ ਕੇ ਉੱਥੇ ਮਾਫ਼ੀ ਮੰਗ ਕੇ ਆਇਆ ਹੋਵੇ? ਕਦੇ ਕਾਂਗਰਸ ਪਾਰਟੀ ਗਈ, ਕਦੇ ਕਮਿਊਨਿਸਟ ਪਾਰਟੀ ਗਈ? ਉਹ ਤਾਂ ਮੰਨਦੇ ਹੀ ਨਹੀਂ, ਚੱਲ ਮੈਂ ਕਮਿਊਨਿਸਟਾਂ 'ਤੇ ਜਾਂਦਾ ਨਹੀਂ। ਕੀ ਇਹ ਗਏ, ਇਹਨਾਂ ਨੇ ਹੁਣ ਆਹ ਜਿਹੜੀਆਂ ਗੋਲੀਆਂ ਮਾਰੀਆਂ ਸਾਰਾ ਕੁਛ ਕੀਤਾ, ਇਹ ਕਹਿੰਦੇ ਅਸੀਂ ਸਿੱਖ ਹਾਂ, ਇਹ ਸਿੱਖ ਦਾ ਫਰਜ਼ ਹੈ? ਕੋਈ ਇਹਨਾਂ ਤੋਂ ਅਕਾਲ ਤਖ਼ਤ ਸਾਨੂੰ ਹੁੰਦੇ ਉਹਨੂੰ ਸੱਦ ਲੈਂਦੇ, ਪਾਲਣ ਕਰ ਲੈਂਦੇ, ਕਿਸੇ ਨੇ ਪੁੱਛਿਆ? ਸਿੱਖ ਧਰਨੇ ਲਾਉਂਦੇ ਸੀ ਸਾਲ ਸਾਲ, ਹੁਣ ਇਨਸਾਫ਼ ਮੰਗਦੇ, ਧਰਨੇ ਲਾਈ ਬੈਠੇ, ਉਹ ਇਨਸਾਫ਼ ਵਾਲੇ ਸਿੱਖ ਕਿੱਧਰ ਗਏ? ਸਾਨੂੰ ਤਾਂ ਉਹ ਮੰਨਦੇ ਹੀ ਨਹੀਂ ਅਕਾਲੀ। ਪਰ ਜੇ ਅਕਾਲ ਤਖ਼ਤ ਚਾਹੇ ਤਾਂ ਉਹ ਮੁੱਖ ਮੰਤਰੀ ਮਾਂ ਨੂੰ ਤਲਬ ਤਾਂ ਕਰ ਸਕਦੇ ਜੇ ਤੁਹਾਨੂੰ ਲੱਗਦਾ, ਕਰ ਸਕਦੇ ਆ, ਲੇਕਿਨ ਕੋਈ ਕੰਪਲੇਂਟ ਕਰੂ ਤਾਂ ਹੀ ਤਲਬ ਕਰਨਗੇ ਨਾ। ਇਹੀ ਤਾਂ ਮੈਂ ਕਹਿਣਾ ਕਿ ਸਾਥੋਂ ਬਗੈਰ ਕੋਈ ਹੈ ਹੀ ਨਹੀਂ ਜ਼ਿੰਮੇਵਾਰ। ਸਭ ਲੋਕ ਸਭ ਹੈਗਾ ਕਿ ਸਾਨੂੰ ਗਾਲਾਂ ਕੱਢਣ ਵਾਲੇ ਨੇ, ਅਸੀਂ ਉਹ ਤੋਂ ਡਰਦੇ ਹਾਂ ਅਤੇ ਸਾਨੂੰ ਆਖੀਦੇ ਨੇ ਕਰਦੇ ਨੇ, ਸਾਥੋਂ ਬਗੈਰ ਡਰਦੇ ਹੀ ਕੋਈ ਨਹੀਂ ਉਸ ਤੋਂ। ਭੁਪਿੰਦਰ ਸਾਹਿਬ, ਬਾਦਲ ਸਾਹਿਬ ਦੇ ਭੋਗ 'ਤੇ ਵੀ ਸੁਖਬੀਰ ਜੀ ਨੇ ਮਾਫ਼ੀ ਮੰਗੀ, ਹੁਣ ਪਿੱਛੇ ਜੇ ਫਿਰ ਮਾਫ਼ੀ ਮੰਗੀ, ਹੁਣ ਮੁੱਦਾ ਇਹ ਚੱਲ ਪਿਆ ਵੀ ਪਬਲਿਕ ਪਲੈਟਫਾਰਮ 'ਤੇ ਮਾਫ਼ੀ ਮੰਗਣੀ ਸੀ, ਉੱਥੇ ਉਹ ਪਲੈਟਫਾਰਮ 'ਤੇ ਨਹੀਂ ਮਾਫ਼ੀ ਮੰਗੀ, ਜਿਹੜਾ ਮਾਫ਼ੀ ਵਾਲਾ ਉਹ ਵੀ ਨਹੀਂ ਲੋਕਾਂ 'ਚੋਂ ਉਵੇਂ ਪ੍ਰਵਾਨ ਹੋ ਰਿਹਾ। ਮਤਲਬ ਕਾਰਨ ਤੁਸੀਂ ਮੋਟਾ ਮੋਟਾ ਸਮਝ ਰਹੇ ਹੋ, ਲੀਡਰਸ਼ਿਪ ਦੀ ਘਾਟ ਆ, ਕੋਈ ਚੀਜ਼ ਇਹੋ ਜਿਹੀ ਹੋ ਗਈ, ਕਾਰਨ ਕਿੱਥੇ ਫਸਿਆ ਵਾ ਵੀ ਜਿਹੜੀ ਛਵੀ ਸਾਫ਼ ਨਹੀਂ ਹੋ ਰਹੀ? ਜੋ ਮੈਂ ਪਹਿਲਾਂ ਗੱਲਾਂ ਕਹਿ ਰਿਹਾ ਕਿ ਏਜੰਸੀਆਂ ਬਹੁਤ ਜ਼ੋਰ ਨਾਲ ਲੱਗੀਆਂ ਹਨ, ਕਿੰਤੂ ਕਿਤੇ ਵੀ ਕਰ ਸਕਦੀਆਂ ਹਨ, ਹੋਰ ਕੀ ਕਰ ਸਕਦਾ। ਇਹ ਅਕਾਲ ਤਖ਼ਤ 103 ਸਾਲਾਂ ਅਸੀਂ ਮਨਾ ਰਹੇ ਸੀ, ਪਵਿੱਤਰ ਉਹ ਜਗ੍ਹਾ ਸੀ ਜਿੱਥੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਹਾਲ ਹੈ, ਜਿੱਥੇ ਉਹ ਪਾਠ ਹੁੰਦੇ ਨੇ, ਉਹ ਤਖ਼ਤ ਸਾਹਿਬ ਦੇ ਉਹਨੂੰ ਸਾਹਮਣੇ ਆ, ਜੇ ਉੱਧਰ ਮੂੰਹ ਕਰੀਏ ਅੱਗੇ ਹਰਿਮੰਦਰ ਸਾਹਿਬ ਸਾਹਮਣੇ, ਤਾਂ ਉੱਥੇ ਜਦੋਂ ਪਾਠ 'ਤੇ ਬੋਲ ਰਿਹਾ ਸੀ, ਧੰਨਵਾਦ ਕਰ ਰਿਹਾ ਸੀ ਸੰਗਤ ਦਾ ਅਤੇ ਗੁਰੂ ਦਾ, ਅਰਦਾਸ ਕਰ ਰਿਹਾ ਸੀ ਉਸ ਵਾਸਤੇ ਵੀ ਗੁਰੂ ਕਿਰਪਾ ਕਰੇ ਸਾਡੇ ਸਿਰ 'ਤੇ ਹੱਥ ਰੱਖੇ ਜੀ, ਉਸ ਵੇਲੇ ਉਹਨੇ ਕਿਹਾ ਕਿ ਜੇ ਕੋਈ ਮੈਥੋਂ ਕੋਈ ਕਮੀ ਪੇਸ਼ੀ ਹੋਈ ਹੈ ਮੈਂ ਉਹਦੀ ਮਾਫ਼ੀ ਮੰਗਦਾ। ਸੰਗਤਾਂ ਨੂੰ ਕਹਿੰਦੇ ਕਿ ਆਓ ਆਪਾਂ ਇਕੱਠੇ ਹੋਈਏ, ਬੜੇ ਆਪਣੇ ਸਾਹਮਣੇ ਚੈਲੇਂਜ ਨੇ ਜੀ। ਤਾਂ ਉਹਨਾਂ ਨੇ ਜਿਹੜੀ ਉਹ ਪ੍ਰਕਿਰਿਆ ਸੀ, ਉਹ ਪ੍ਰਕਿਰਿਆ ਕੋਈ ਗਲਤ ਨਹੀਂ ਸੀ, ਬਿਲਕੁਲ ਠੀਕ ਹੈ ਉਹ ਪ੍ਰਕਿਰਿਆ, ਕੋਈ ਉਸਨੂੰ ਵਿਦਵਾਨ ਜੋ ਸਿੱਖ ਧਰਮ ਸਮਝਦਾ ਗਲਤ ਨਹੀਂ ਮੰਨਦਾ। ਲੇਕਿਨ ਜਿਹਨੇ ਕਿੰਤੂ ਕਰਨਾ ਉਹ ਤਾਂ ਕੁਛ ਵੀ ਕਹੀ ਜਾਵੇ, ਉਹ ਤਾਂ ਕਿੰਤੂ ਤਾਂ ਦੁਨੀਆ ਤੁਸੀਂ ਕਿਸੇ ਦਾ ਹਟਾ ਹੀ ਨਹੀਂ ਸਕਦੇ, ਇਸ ਕਰਕੇ ਕਿੰਤੂ ਵਾਲੇ ਚੰਦ ਲੋਕ ਹਮੇਸ਼ਾ ਰਹਿੰਦੇ ਨੇ। ਤੁਸੀਂ ਉਹ ਤਾਂ ਗੁਰੂਆਂ 'ਤੇ ਵੀ ਕਿੰਤੂ ਤਾਂ ਕਰੀਏ ਜੀ। ਤੁਸੀਂ ਸੁਖਬੀਰ ਬਾਦਲ ਜੀ ਨਾਲ ਡਿਸਕਸ਼ਨ ਕੀਤੀ ਇਸ ਮਾਮਲੇ ਨੂੰ ਲੈ ਕੇ ਵੀ, BJP ਨਾਲ ਚੱਲੋਗੇ ਜਾਂ ਨਹੀਂ ਚੱਲੋਗੇ, ਜਾਂ ਤੁਸੀਂ ਆਪਦਾ ਰਾਏ ਦਿੱਤੀ ਵੀ ਨਹੀਂ ਚੱਲਣਾ ਚਾਹੁੰਦੇ? ਇਹ ਇਸ਼ੂ ਤਾਂ ਹੀ ਹੁੰਦਾ ਨਾ ਜੇ ਕੁਛ ਕੁਐਸਚਨ ਲੈ ਕੇ ਆਇਆ ਹੋਵੇ, ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਆਇਆ, ਫਿਰ ਹੀ ਪੁੱਛੋ ਨਾ ਮੈਨੂੰ ਸੁਖਬੀਰ ਤੋਂ। ਫਿਰ ਜਿਹੜੀ ਚਰਚਾ ਉਹ ਮਤਲਬ ਉਹੀ ਹਵਾ 'ਚ ਹੀ ਚੱਲੀ, ਹਵਾ 'ਚ ਨਹੀਂ ਚੱਲਦੀ, ਹਵਾ 'ਚ ਹਜੇ ਜਾਂ ਗਰਾਊਂਡ 'ਤੇ ਕੁਛ ਨਾ। ਅਕਾਲੀ ਦਲ ਆਪ ਪਹਿਲ ਕਦਮੀ ਕਰ ਦੂ ਵੀ ਸਾਡਾ ਕੋਈ ਕਰੂ ਪਹਿਲ ਕਦਮੀ ਨੂੰ ਕੀ ਲੋੜ ਹੈ? ਪਰ ਜੇ ਅਕਾਲੀ ਦਲ ਕੁਰਬਾਨੀ ਵਾਲੀ ਪਾਰਟੀ ਹੈ, ਅਕਾਲੀ ਦਲ ਜਿਹੜਾ ਕਹਾਉਂਦਾ, ਅਕਾਲੀ ਦਲ ਆਖੇ ਜੀ ਮੈਂ ਰਾਜ ਕਰਨਾ, ਨਹੀਂ, ਅਕਾਲੀ ਦਲ ਦਾ ਮਤਲਬ ਹੈ ਕਿ ਲੋਕਾਂ ਦੀ ਆਵਾਜ਼ ਉਠਾਉਣਾ, ਸਿੱਖ ਪੰਥ ਦੀ ਆਵਾਜ਼ ਉਠਾਉਣਾ, ਧਰਮ ਦੀ ਆਵਾਜ਼ 'ਤੇ ਕੋਈ ਗੱਲ ਹੈ ਉਠਾਉਣਾ, ਲੋਕਾਂ ਨੂੰ ਕੋਈ ਤਕਲੀਫ ਹੈ ਇਹ ਸਾਡੇ ਧਰਮ 'ਚ ਆਉਂਦਾ ਕਿ ਉਹਦੇ ਵਾਸਤੇ ਲੜੋ ਜ਼ੁਲਮ ਦੇ ਖਿਲਾਫ਼, ਉਹਦੇ 'ਤੇ ਆਵਾਜ਼ ਉਠਾਉਣਾ। ਰਾਜ ਤਾਂ ਇੱਕ ਉਹਦਾ ਪਾਰਟ ਹੈ, ਕਰਦੇ ਕਰਦੇ ਰਾਜ ਮਿਲ ਜਾਣਾ, ਰਾਜ ਇਹ ਨਹੀਂ ਕਿ ਅਸੀਂ ਰਾਜ ਵਾਸਤੇ ਲੜੀਏ ਫਿਰ ਤਾਂ ਦੂਜੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ, ਇਸ ਕਰਕੇ ਸਾਡਾ ਇਹ ਇਸ਼ੂ ਹੀ ਨਹੀਂ। ਅਤੇ ਇਹ ਗੱਲਾਂ ਅਸੀਂ ਤਾਂ ਆਪ ਕਰੀਏ ਤਾਂ ਜਾਈਏ, ਜੇ ਸਾਡਾ ਇਹ ਇਸ਼ੂ ਕਿ ਮੰਗਿਆ ਕਿਤੇ ਰਾਜ ਮਿਲਿਆ ਕਿਸ ਤੋਂ,
ਤੇ ਜਿਹੜਾ ਗਿਆ ਨਹੀਂ ਮਿਲਦਾ, ਰਾਜ ਮਿਲਦਾ ਆਪਦੇ ਜੇ ਤੁਸੀਂ ਮਿਹਨਤ ਕਰਦੇ ਹੋ, ਪਰਮਾਤਮਾ ਦਿੰਦਾ ਰਾਜ ਤਾਂ ਮਿਲਦਾ। ਪਰਮਾਤਮਾ ਸੰਗਤ 'ਚ ਵੱਸਦਾ, ਹੁਣ ਲੋਕ ਰਾਜ ਹੈ, ਪਹਿਲਾਂ ਵੀ ਪਰਮਾਤਮਾ ਹੀ ਦਿੰਦਾ ਸੀ ਜੀ, ਅੱਜ ਵੀ ਪਰਮਾਤਮਾ ਹੀ ਦਿੰਦਾ, ਸਦਾ ਹੀ ਉਹੀ ਹੈ ਜੋ ਕੁਛ ਦੇਣ ਵਾਲਾ। ਜਿਹੜੀ ਪਾਰਟੀ ਦੀ ਕੋਰ ਕਮੇਟੀ ਆ ਜਾਂ ਪਾਰਟੀ ਦੇ ਵੱਡੇ ਚਿਹਰਿਆਂ ਦੀ ਚੋਣ ਆ ਜੀ, 'ਚ ਪ੍ਰਧਾਨ ਵੀ ਆਉਂਦੇ ਨੇ, ਉਹ ਚੋਣ ਨੂੰ ਲੈ ਕੇ ਵੀ ਹਮੇਸ਼ਾ ਸਵਾਲ ਉੱਠਦੇ ਆਏ ਨੇ, ਉਹ ਚੋਣ ਨੂੰ ਲੈ ਕੇ ਬਲਵਿੰਦਰ ਸਿੰਘ ਭੁੰਦੜ ਕੀ ਸੋਚਦੇ ਨੇ? ਕਿਸ ਤਰ੍ਹਾਂ, ਮੈਂ ਪੂਰਾ ਕੁਐਸਚਨ ਸਮਝਿਆ ਨਹੀਂ ਤੁਹਾਡਾ। ਵੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਬੜੇ ਸਵਾਲ ਉੱਠਦੇ ਆਏ ਨੇ, ਵੀ ਇਹ ਕਿਹੋ ਜਿਹਾ ਪ੍ਰੋਸੀਜਰ ਆ, ਵੀ ਇੱਕ ਪਰਿਵਾਰ ਹੀ ਸਾਰਾ ਸਿਸਟਮ ਚਲਾ ਰਿਹਾ ਜਾਂ ਪਰਿਵਾਰ ਨੂੰ ਲੈ ਕੇ, ਉਸ ਨੂੰ ਲੈ ਕੇ? ਨਹੀਂ, ਪਰਿਵਾਰ ਦੀ ਗੱਲ ਨਹੀਂ, ਦੇਖੋ ਅਸਲ ਕਈਆਂ ਬੰਦਿਆਂ ਨੂੰ ਪਤਾ ਨਹੀਂ ਕਿ ਬਾਲ ਸਾਹਿਬ ਦਾ ਜਿਹੜਾ ਪਰਿਵਾਰ ਹੈ, ਇੱਕ ਕਿਸਾਨ ਪੜ੍ਹੇ ਲਿਖੇ ਪਰਿਵਾਰ, ਤਰੱਕੀ ਵਾਲਾ ਪਰਿਵਾਰ ਸੀ। ਕਈ ਤਾਂ ਇਹ ਨਹੀਂ ਪਤਾ ਵੀ ਇਹ ਜ਼ਮੀਨਾਂ ਜਾਇਦਾਦਾਂ ਇਹਨਾਂ ਦੀਆਂ ਕਿਸੇ ਦਿੱਤੀਆਂ ਅੰਗਰੇਜ਼ ਨੇ ਜਾਂ ਕਿਸੇ ਰਾਜੇ ਨੇ, ਕਿ ਆਪਣੀ ਆਪ ਮਿਹਨਤੀ ਜ਼ਮੀਨਦਾਰ, ਇਹ ਮਿਹਨਤੀ ਪਰਿਵਾਰ ਸੀ, ਪੜ੍ਹਿਆ ਲਿਖਿਆ ਪਰਿਵਾਰ। ਅੱਜ ਤੋਂ 100 ਸਾਲ ਪਹਿਲਾਂ ਇਸ ਪਰਿਵਾਰ ਦੇ ਬੱਚੇ, ਬਾਲ ਸਾਹਿਬ ਦਾ ਇੱਕ ਚਾਚਾ ਉਸ ਵੇਲੇ ਜਿਹੜਾ ਛੋਟੀ ਉਮਰ 'ਚ ਮਰ ਗਿਆ, ਹਾਰਟੀਕਲਚਰ ਦੀ ਐੱਮ ਏ ਕਰਨ ਉੱਥੇ ਗਿਆ ਸੀ ਅਮਰੀਕਾ ਉਸ ਵੇਲੇ, ਸਮਝ ਲਓ ਜਦੋਂ ਕਿ ਉਦੋਂ 100 ਮੀਲ 'ਤੇ ਚਿੱਠੀ ਪੜ੍ਹੀ ਹੁੰਦੀ ਸੀ। ਪੜ੍ਹਿਆ ਲਿਖਿਆ ਪਰਿਵਾਰ ਸੀ, ਉਸ ਵੇਲੇ ਤੋਂ ਹੀ ਅੰਗਰੇਜ਼ ਵੇਲੇ ਤੋਂ ਹੀ, ਜਦੋਂ ਅੰਗਰੇਜ਼ ਦੇ ਖਿਲਾਫ਼ ਮੋਰਚੇ ਸੀ ਧਰਮ ਜੋਤ, ਉਸ ਵੇਲੇ ਵੀ ਇਹ ਪਰਿਵਾਰ ਉਹਨਾਂ ਮੋਰਚਿਆਂ 'ਚ ਹਿੱਸਾ ਲੈਂਦਾ ਸੀ, ਉਹ ਲੰਗਰ ਪਾਣੀ ਛਕਾਉਂਦਾ ਸੀ, ਜਿਹੜਾ ਕਿ ਲੰਗਰ ਪਾਣੀ ਛਕਾਉਣਾ ਵੀ ਜ਼ਿਆਦਾਤਰ ਜਪਤ ਹੁੰਦੀਆਂ ਸੀਗੀਆਂ, ਅਤੇ ਇਸ ਕਰਕੇ ਉਹ ਪਰਿਵਾਰ ਉਹ ਤੋਂ ਸੇਵਾ, ਫਿਰ ਇਹ ਆਇਆ ਬਾਲ ਸਾਹਿਬ ਆ ਗਏ, ਬਾਲ ਸਾਹਿਬ ਆ ਕੇ ਸਿੱਧੇ ਜੇਲ੍ਹਾਂ ਕੱਟਣ ਲੱਗ ਗਏ, ਲੜਾਈ ਲੜਨ ਲੱਗ ਗਏ। ਪਹਿਲਾਂ ਇਹਨਾਂ ਦਾ ਇੱਕ ਚਾਚਾ ਸੀ ਪਾਰਲੀਮੈਂਟ 'ਚ ਰਿਹਾ, ਇਹ ਆ ਗਏ, ਇਹ ਆਉਂਦੇ ਆਉਂਦਿਆਂ ਨੂੰ ਐੱਮ ਐੱਲ ਏ ਬਣੇ, ਐੱਮ ਐੱਲ ਏ ਤੋਂ ਬਣਦੇ ਮੁੱਖ ਮੰਤਰੀ ਦਾ ਬਣ ਗਿਆ, ਫਿਰ ਸਮਾਂ ਆਇਆ ਕਿਸੇ ਵੇਲੇ ਪ੍ਰਧਾਨਗੀ ਮਿਲੀ, ਕੋਈ ਪ੍ਰਧਾਨਗੀ ਐਂ ਨਹੀਂ ਲਈ, ਟੌੜਾ ਸਾਹਿਬ ਨਾਲ ਸਾਰੇ ਬੈਠ ਕੇ ਅਨੰਦਪੁਰ ਸਾਹਿਬ ਜਾ ਕੇ ਲਈ, ਉਸ ਤੋਂ ਬਾਅਦ ਮਿਹਨਤ ਕਰਦੇ ਰਹੇ। ਉਸ ਤੋਂ ਬਾਅਦ ਅੱਗੇ ਆ ਕੇ ਫਿਰ ਸੁਖਬੀਰ ਆ ਗਿਆ, ਸੁਖਬੀਰ ਵੀ ਹਾਲਾਤ ਨਹੀਂ ਲਿਆਉਂਦਾ, ਨਾ ਕਿ ਕੋਈ ਵੱਲੋਂ ਵੱਲੀ ਲਿਆਉਂਦਾ, ਉਹ ਹਾਲਾਤ ਐਸੇ ਬਣੇ, ਅਤੇ ਉਹਨਾਂ ਹਾਲਾਤਾਂ 'ਚ ਆ ਗਿਆ ਤਾਂ ਉਹ ਸੁਖਬੀਰ ਅੱਗੇ, ਜਦੋਂ ਉਹ ਹੋ ਗਿਆ ਟਾਈਮ, ਸੁਖਬੀਰ ਡਿਪਟੀ ਬਣ ਗਿਆ ਅਤੇ ਪ੍ਰਧਾਨ ਐਕਟਿਵ ਬਣਾਤਾ। ਸੋ ਹਾਲਾਤ ਨੇ ਸਾਰਾ ਕੁਛ ਲਿਆਂਦਾ ਉਹਦੇ ਸਮੇਂ 'ਤੇ। ਜੇ ਕੋਈ ਬੰਦਾ ਹੋਵੇ ਵੀ ਇਹਨੂੰ ਛੱਡ ਕੇ ਆਹ ਸੀ ਅਤੇ ਇਹਨੂੰ ਕੱਟ ਕੇ ਇਹਨੂੰ ਲਾਹ ਕੇ ਆਹ ਬਣਿਆ, ਇਹ ਤੱਕ ਬਣਿਆ ਨਹੀਂ। ਪਰ ਇਹ ਤਾਂ ਤੁਹਾਡੇ ਸਾਹਮਣੇ ਵੀ ਜੇ ਢੀਂਡਸਾ ਸਾਹਿਬ ਅਲੱਗ ਹੋਏ ਜਾਂ ਕਈ ਪਾਰਟੀ ਦੇ ਮੈਂਬਰ ਜਿਹੜੇ ਹੁਣ ਵੀ ਪਾਰਟੀ 'ਚ ਨੇ ਉਹ ਗੁੱਸੇ ਨੇ ਅੰਦਰ ਖਾਤੇ ਜਾਂ ਗੁੱਸੇ ਰਹੇ ਨੇ ਵੀ ਉਹ ਗਿਲੇ ਵੀ ਇਹੀ ਕਰਕੇ ਹੋਏ ਵੀ ਜਿਹੜੀ ਤਾਂ ਵਾਲਾ ਸਿਸਟਮ ਆ ਉਸਨੂੰ ਭੰਗ ਕਰਕੇ ਤਾਂ ਨਵੀਂ ਚੀਜ਼ ਥਾਪੀ ਜਾਵੇ। ਉਹ ਭੰਗ ਵੀ ਹੋ ਗਿਆ ਪਰ ਪ੍ਰਧਾਨ ਨਹੀਂ ਭੰਗ, ਮਤਲਬ ਇਸ ਨੂੰ ਲੈ ਕੇ ਇਹੀ ਸਵਾਲ ਹੈ ਨਾ। ਜੇ ਹੁਣ ਬਾਦਲ ਸਾਹਿਬ ਨੇ ਮਿਹਨਤ ਕਰੀ ਸੀ, ਤੁਸੀਂ ਕਹਿੰਦੇ ਵੀ ਪੜ੍ਹੇ ਲਿਖੇ ਸਾਰਾ, 5 ਵਾਰ ਉਹ ਮੁੱਖ ਮੰਤਰੀ ਬਣ ਗਏ, ਪਰ ਇੱਥੋਂ ਤੁਹਾਨੂੰ ਲੱਗਦਾ ਵੀ ਚੇਂਜ ਹੋਣਾ ਚਾਹੀਦਾ ਕੁਛ ਨਾ ਕੁਛ? ਦੇਖੋ ਮੈਂ ਨਹੀਂ ਕਹਿੰਦਾ, ਚੇਂਜ ਤਾਂ ਹਮੇਸ਼ਾ ਹੁੰਦੀ ਹੈ, ਇਹ ਕੁਦਰਤ ਦਾ ਲਾਅ ਹੈ ਜੀ, ਨੇਚਰ ਦਾ ਲਾਅ ਹੈ, ਚੇਂਜ ਹੁੰਦੀ ਹੈ। ਲੇਕਿਨ ਜਿਹੜਾ ਤੁਸੀਂ ਸਵਾਲ ਕਰਤਾ, ਮੈਂ ਇਸ ਵਿੱਚ ਤੋਂ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਤਾਂ ਸਾਰੇ ਏਕਤਾ ਵੱਲ ਵੱਧ ਰਹੇ ਹਾਂ, ਮੈਂ ਕਮੈਂਟ ਕਰਾਂ, ਪਰ ਮੈਂ ਪੁੱਛਦਾ ਹਾਂ ਵੀ ਜਿਹੜਾ ਮੈਂ ਹਾਂ, ਮੰਨ ਲਓ ਮੈਂ ਅੱਜ ਕਹਿਣਾ ਕਿ ਬਹੁਤ ਮਾੜੇ ਨੇ ਜੀ, ਕੋਈ ਇਨਸਾਨ ਨਹੀਂ ਜਿੱਥੋਂ ਜ਼ਿੰਦਗੀ 'ਚ ਗਲਤੀਆਂ ਨਹੀਂ ਹੁੰਦੀਆਂ ਜੀ, ਮੈਥੋਂ ਵੀ ਹੁੰਦੀਆਂ, ਸਾਥੋਂ ਵੱਧ ਹੁੰਦੀਆਂ, ਜਿਹੜੇ ਸਿਆਕੂ ਆ ਇਹਨਾਂ ਤੋਂ ਵੀ ਹੋਈਆਂ। ਲੇਕਿਨ ਜਿਸ ਵੇਲੇ ਗਲਤੀਆਂ ਸੀ, ਉਸ ਵੇਲੇ ਤਾਂ ਅਸੀਂ ਰਾਜ ਭਾਗ 'ਚ ਬੈਠੇ ਸੀ, ਕੋਈ ਵਜ਼ੀਰ ਬਣਿਆ ਬੈਠਾ ਸੀ, ਕੋਈ ਕੁਛ ਬਣਿਆ ਬੈਠਾ ਸੀ। ਅੱਜ ਉਹ ਸਾਰੇ ਬੰਦੇ ਅੱਜ ਕਹਿੰਦੇ ਆ ਜੀ, ਅੱਜ ਸਾਨੂੰ ਗੁੱਸਾ ਆ ਗਿਆ, ਅੱਜ ਗੁੱਸਾ ਆਵੇ, ਉਸ ਵੇਲੇ ਕਿਉਂ ਨਾ ਆਇਆ ਸਾਨੂੰ? ਸਾਨੂੰ ਉਸ ਵੇਲੇ ਆਉਣਾ ਚਾਹੀਦਾ ਸੀ, ਉਸ ਵੇਲੇ ਅਲੱਗ ਹੁੰਦੇ। ਇਸ ਕਰਕੇ ਕਸੂਰ ਤਾਂ ਸਾਡਾ ਸਾਰਿਆਂ ਦਾ ਹੀ ਹੈ, ਮੈਂ ਵੀ ਵਿੱਚ ਹੀ ਉਸ ਕਸੂਰ ਦੇ, ਜੇ ਉਹ ਕਸੂਰ ਹੈ ਤਾਂ ਮੇਰਾ ਵੀ ਹੈਗਾ, ਤਾਂ ਅਸੀਂ ਕਿਉਂ ਨਾ ਰਹੇ? ਲੇਕਿਨ ਮੈਂ ਸਮਝਦਾ ਕਿ ਜਿਹੜਾ ਪਰਿਵਾਰ ਹੈ, ਘਰ ਹੈ, ਜਿਹੜਾ ਘਰ ਦਾ ਮੁਖੀ ਹੁੰਦਾ, ਜੇ ਕੰਮ ਕਰਦੇ ਤੋਂ ਗਲਤੀ ਹੋਵੇ ਤਾਂ
ਚੰਗੇ ਵੀ ਉਹ ਕਰਦਾ ਤੇ ਗਲਤੀ ਵੀ ਉਸ ਤੇ ਹੁੰਦੀ ਹੈ। ਨਹੀਂ ਪਰ ਜੇ ਭੁੰਦੜ ਸਾਹਿਬ ਇਹ ਸਵਾਲ ਉੱਠ ਰਿਹਾ ਵੀ ਪੰਜਾਬ ਦੀ ਬਿਹਤਰੀ ਲਈ ਜਾਂ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਜੇ ਕੁਛ ਚੇਂਜ ਆ, ਕਿਉਂਕਿ ਤੁਹਾਡਾ ਵੀ ਜ਼ਿਕਰ ਹੁੰਦਾ ਸੀ ਵੀ ਬਲਵਿੰਦਰ ਸਿੰਘ ਭੁੰਦੜ ਸੀਨੀਅਰ ਨੇ, ਸੈਕਿੰਡ ਨੰਬਰ 'ਤੇ ਨੇ ਬਾਦਲ ਸਾਹਿਬ ਤੋਂ ਬਾਅਦ, ਵੀ ਇਹ ਹੋ ਸਕਦੇ ਨੇ ਪ੍ਰਧਾਨ ਜਾਂ ਵੀ ਉਹ ਵੀ ਸਾਨੂੰ ਕਰਕੇ ਦੇਖ ਲੈਣਾ ਚਾਹੀਦਾ, ਚਲੋ ਮਾਫ਼ੀ ਮੰਗ ਲਈ ਜਾਂ ਹੋਰ ਵੀ ਉਸ ਟਾਈਪ ਦਾ ਵੀ ਕੁਛ, ਕਿ ਨਹੀਂ ਵੀ ਠੀਕ ਹੈ ਸਭ ਕੁਛ ਹੁਣ ਠੀਕ ਹੋ ਜਾਣਾ। ਉਹਦੇ 'ਤੇ ਹੈਗਾ ਦੇਖੋ, ਮੈਂ ਤਾਂ ਇਸ ਜਿਹੜਾ ਤੁਹਾਡਾ ਕੁਐਸਚਨ ਹੈ ਨਾ, ਕੌਣ ਸੀਨੀਅਰ ਕੌਣ ਜੂਨੀਅਰ, ਇਹ ਜਨਰਲੀ ਇਹ ਗੱਲਾਂ ਨਹੀਂ, ਗੱਲਾਂ ਇਹ ਹੁੰਦੀਆਂ ਨੇ ਕਿ ਲੋਕ ਕਿਸ ਨੂੰ ਚਾਹੁੰਦੇ ਨੇ। ਜੇ ਲੋਕ ਜਿਸ ਨੂੰ ਵੱਧ ਚਾਹੁੰਦੇ ਨੇ ਹਮੇਸ਼ਾ ਉਹ ਬੰਦਾ ਅਗਵਾਈ ਕਰਦਾ, ਸਮਝੇ। ਜੇ ਕੋਈ ਐਸੀ ਗੱਲ ਹੁੰਦੀ ਤਾਂ ਬੰਦਿਆਂ ਨੇ ਅਲੱਗ ਹੋ ਕੇ ਦੇਖ ਲਿਆ, ਸਮਝੇ। ਮੈਂ ਕਿਸੇ ਦਾ ਨਹੀਂ, ਅਲੱਗ ਹੋ ਕੇ ਲੋਕਾਂ ਨੇ ਦੇਖ ਲਿਆ, ਲੋਕਾਂ ਨੇ ਤਾਂ ਅਕਾਲੀ ਦਲ ਨੂੰ ਹੀ ਮੰਨਿਆ ਨਾ, ਜੇ ਕੋਈ ਉਹਨੂੰ ਗਲਤ ਲੀਡ ਕਰ ਰਿਹਾ ਜੇ ਠੀਕ ਕਰ ਰਿਹਾ। ਇਸ ਕਰਕੇ ਮੈਂ ਬਜਾਏ ਕਿਸੇ ਨੂੰ ਗਲਤ ਖਾ ਕੇ ਠੀਕ ਕਹਾਂ, ਨਹੀਂ ਮੇਰੀ ਆਦਤ ਨਹੀਂ, ਬੁਰਾ ਵੀ ਲੱਗਦਾ, ਮੈਂ ਕਿਸੇ ਨੂੰ ਕੌੜਾ ਬੋਲ ਕੇ ਵਾਹਿਗੁਰੂ ਕਿਰਪਾ ਕਰੇ ਰਾਜੀ ਨਹੀਂ। ਲੇਕਿਨ ਮੈਂ ਜ਼ਰੂਰ ਕਹਿਣਾ ਕਿ ਜਦੋਂ ਵਕਤ ਹੁੰਦਾ ਉਦੋਂ ਲੜਨ ਦੀ ਬਜਾਏ ਸਾਨੂੰ ਸਿਰ ਜੋੜ ਕੇ ਪਰਿਵਾਰ 'ਚ ਅੰਦਰ ਬਹਿ ਕੇ ਰਾਇਆਂ ਕਰਨੀ ਚਾਹੀਦੀ, ਉਸ ਰਾਏ 'ਤੇ ਅਮਲ ਕਰਨਾ ਚਾਹੀਦਾ, ਨਾ ਕਿ ਸਾਨੂੰ ਬਾਹਰ ਰੌਲਾ ਪਾ ਕੇ। ਜਦੋਂ ਬਾਹਰ ਅਸੀਂ ਰੌਲਾ ਪਾਉਂਦੇ ਹਾਂ ਤਾਂ ਘਰ 'ਚ ਬਗਾਵਤ ਹੋ ਗਈ। ਜੇ ਇੱਕ ਪਿਓ ਗਲਤੀ ਕਰਦਾ, ਇੱਕ ਮੁੰਡਾ ਕਹਿੰਦਾ ਬਾਪੂ ਅੱਜ ਗਲਤੀ ਕੀ, ਸ਼ਰਾਬ ਪੀ ਗਿਆ, ਆਪਣੇ ਟੱਬਰ ਸ਼ਰਾਬ ਨਾ ਆ ਜਾਏ, ਜਾਂਦਾ ਉਹ ਸੱਥ 'ਚ ਰੌਲਾ ਉੱਥੇ ਪਾਉਂਦਾ, ਘਰੇ ਕਹੇ ਭਰਾਵਾਂ ਨੂੰ ਅਤੇ ਮਾਂ ਨੂੰ ਕਹੇ ਵੀ ਆ ਜਾ ਬੇਬੇ ਬੈਠੇ ਬਾਪੂ ਨੂੰ ਸਮਝਾਈਏ, ਅਤੇ ਜੇ ਬਾਪੂ ਨਹੀਂ ਸਮਝਦਾ ਬਾਪੂ ਨੂੰ ਕਿ ਬਾਪੂ ਤੂੰ ਆਏ ਕਮਰੇ 'ਚ ਬਹਿ ਜਾ, ਤੂੰ ਬਾਹਰ ਨਹੀਂ ਜਾਣਾ, ਹੁਣ ਆਹ ਵੱਡਾ ਪੁੱਤ ਜਾਂ ਸਾਡੀ ਮਾਂ ਜਾਂ ਸਾਡਾ ਛੋਟਾ ਭਰਾ ਕਾਰੋਬਾਰ ਚਲਾਉਣ, ਉਹ ਤਾਂ ਇੱਕ ਪਰਿਵਾਰ ਹੈ, ਪਰਿਵਾਰ ਤਰੱਕੀ ਕਰੂ। ਜੇ ਹੁਣ ਇੱਕ ਮੁੰਡਾ ਆਖੇ ਜੀ ਮੈਂ ਬੜਾ ਸਿਆਣਾ, ਬਾਕੀ ਟੱਬਰ ਚੁੱਪ ਹੈ, ਬਾਪੂ ਨੇ ਅੱਜ ਕਿਉਂ ਪੈ, ਮੈਂ ਬਾਹਰ ਜਾ ਕੇ ਰੌਲਾ ਪਾਉਣਾ, ਬਾਹਰ ਜਾ ਕੇ ਰੌਲਾ ਪਾਉਂਦਾ, ਘਰ 'ਚ ਬਗਾਵਤ ਹੈ। ਤੁਸੀਂ ਸੁਖਬੀਰ ਜੀ ਨੂੰ ਸਮਝਾ ਰਹੇ ਹੋ ਘਰ 'ਚ, ਤੁਸੀਂ ਘਰ 'ਚ, ਮੈਂ ਤਾਂ ਹਮੇਸ਼ਾ ਜਦੋਂ ਸਹੀ ਰਹਿ ਹੁੰਦੀ ਹੈ ਮੈਂ ਰਹਿ ਦਿੰਦਾ, ਮੈਂ ਬਿਲਕੁਲ ਓਪਨਲੀ ਕਹਿੰਦਾ, ਮੈਂ ਕਿ ਜੇ ਕੋਈ ਮੈਨੂੰ ਲੱਗਦਾ ਵੀ ਆਹ ਗੱਲ ਜਿੰਨੀ ਕੁ ਮੈਨੂੰ ਮੱਤ ਰੱਬ ਦਿੱਤੀ, ਮੈਂ ਬਹੁਤਾ ਸਿਆਣਾ ਨਹੀਂ ਕਹਾਉਂਦਾ ਕਿ ਮੈਂ ਹੀ ਅਕਲ ਬੰਦਾ, ਇਹ ਬਹੁਤ ਵੱਡੀ ਗੱਲ ਹੈ ਮੈਥੋਂ, ਮੈਂ ਕਹਿੰਦਾ ਜਿੰਨੀ ਕੁ ਮੈਨੂੰ ਮੱਤ ਹੈ ਤਜਰਬੇ ਨਾਲ, ਉਨੀ ਕੁ ਮੈਂ ਆਪਦੀ ਮੱਤ ਅਨੁਸਾਰ ਜੋ ਪਰਮਾਤਮਾ ਨੇ ਦਿੱਤੀ ਹੈ ਮੈਂ ਕਹਿੰਦਾ ਕਾਕਾ ਇਹ ਨਹੀਂ, ਐਂ ਕਰਨਾ ਚਾਹੀਦਾ, ਇਹ ਨਹੀਂ ਕਰ, ਹਮੇਸ਼ਾ ਮੈਂ ਪ੍ਰਧਾਨ ਪ੍ਰਧਾਨ ਕਹਿੰਦਾ, ਮੈਂ ਕਦੇ ਉਹਨਾਂ ਨਾਂ ਨਹੀਂ ਲੈਂਦਾ, ਹਾਲਾਂਕਿ ਮੈਥੋਂ ਛੋਟਾ 20 ਸਾਲ, ਲੇਕਿਨ ਮੈਂ ਪ੍ਰਧਾਨ, ਕਿਉਂਕਿ ਅਕਸਰ ਜਿਹੜੀ ਚੀਜ਼ ਤੁਸੀਂ ਮੰਨ ਲਓ ਫਿਰ ਉਹਨੂੰ ਸਤਿਕਾਰ ਦਿਓ, ਜੇ ਮੈਂ ਨਹੀਂ ਸਤਿਕਾਰ ਦਿਓ ਦੂਜਾ ਕੌਣ ਦਿਓ, ਅੱਗੇ ਰਾਏ ਦੇਣੀ ਰਾਏ ਪਾਰਟੀ 'ਚ ਮੇਰਾ ਨਹੀਂ, ਸਾਰਿਆਂ ਦੇ ਫਰਜ਼ ਹੈ, ਸਾਰੇ ਅਸੀਂ ਦਿੰਦੇ ਹਾਂ, ਮੈਂ ਇਕੱਲਾ ਨਹੀਂ ਹੁੰਦਾ, ਜਿਹੜੇ ਦੂਸਰੇ ਬੰਦੇ ਹੈ ਮੈਂ ਇੱਥੇ ਛੋਟੀ ਉਮਰ ਦੇ ਵੀ ਹੈ, ਤੁਸੀਂ ਇਕੱਲੇ ਬਹਿ ਨਾ, ਸਾਰੇ ਕਹਿੰਦੇ ਕਿ ਐਂ ਨਹੀਂ ਐਂ ਕਰਨਾ, ਜਦੋਂ ਸੁਣਦਾ ਵੀ ਹੈ ਜੀ, ਸੁਣਦਾ ਵੀ ਹੈ, ਗੱਲ ਇਹ ਨਹੀਂ ਕਿ ਨਹੀਂ ਸੁਣਦਾ, ਸਾਰੀ ਗੱਲ ਸੁਣਦਾ, ਸੁਣ ਕੇ ਕਹਿੰਦਾ ਅੱਛਾ ਆਪਾਂ ਐਂ ਨਹੀਂ ਐਂ ਕਰਾਂਗੇ, ਇਹ ਹੈਗਾ। ਲੇਕਿਨ ਮੈਂ ਸਮਝਦਾ ਕਿ ਜਿਹੜਾ ਮੇਜਰ ਪੁਆਇੰਟ ਹੈ ਕਿ ਅਸੀਂ ਮਿਨੋਰਟੀ ਦੀ ਪਾਰਟੀ ਹਾਂ, ਸਾਡੇ ਸਾਰੇ ਲੋਕ ਮਗਰ ਪੈ ਗਏ ਨੇ, ਜ਼ਿਆਦਾ ਗੱਲ ਹੈ, ਅਤੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਕਹਿੰਦਾ ਕਿ ਇੱਕ ਪਰਮਾਤਮਾ ਜੀ ਦੇ 'ਚ ਕੋਈ ਨਹੀਂ ਕਮੀ, ਬਾਕੀ ਆਪਾਂ ਸਾਰੇ ਇਨਸਾਨ ਹਾਂ, ਜਿਹੜੇ ਇਨਸਾਨਾਂ 'ਚ ਕਿਤੇ ਨਾ ਕਿਤੇ ਕਮੀ ਹੁੰਦੀ ਹੈ, ਆਪਾਂ ਨੂੰ ਸਾਰਿਆਂ ਨੂੰ ਜੋ ਆਪਾਂ ਅਕਾਲੀ ਦਲ ਨੂੰ ਮੰਨਦੇ ਹਾਂ, ਜਿਨ੍ਹਾਂ ਨੇ ਅਕਾਲੀ ਦਲ 'ਚ ਕਿਸੇ ਵੇਲੇ ਵੀ ਕੰਮ ਕੀਤਾ, ਜਾਂ ਜੋ ਅਕਾਲੀ ਦਲ ਨੂੰ ਚਾਹੁੰਦਾ ਹੈ ਕਿ ਤਰੱਕੀ ਕਰੇ, ਆਓ ਆਪਾਂ ਸਿਰ ਜੋੜ ਕੇ ਬੈਠੀਏ, ਸਿਰ ਜੋੜ ਕੇ ਬੈਠ ਕੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਗੁਣ ਔਗੁਣ ਵਿਚਾਰ ਕੇ ਆਪਾਂ ਇਸ ਨੂੰ ਅੱਗੇ ਲੈ ਕੇ ਚੱਲੀਏ, ਤਾਂ ਕਿ ਜਿਹੜੇ ਆਪਣੇ ਬਜ਼ੁਰਗਾਂ ਨੇ ਇੰਨੀ ਕੁਰਬਾਨੀ ਕਰਨ ਤੋਂ ਬਾਅਦ, ਉਸ ਵੇਲੇ ਅੰਗਰੇਜ਼ ਨੂੰ ਹਰਾਉਣਾ ਸੌਖਾ ਨਹੀਂ ਸੀ, ਅੰਗਰੇਜ਼ ਕੰਬਦਾ ਸੀ ਅਕਾਲੀ ਦਲ ਤੋਂ, ਬਾਬਾ ਖੜਕਸੋ ਉਸ ਵੇਲੇ ਪ੍ਰਧਾਨ ਹੁੰਦਾ ਸੀ ਅਕਾਲੀ ਦਲ ਦਾ, ਬਾਬਾ ਖੜਕਸੋ ਜਾ ਕੇ ਕਾਂਗਰਸ ਦੇ ਜਿਹੜੇ ਹੈਗੇ ਉਹ ਕਰਵਾਉਂਦਾ ਹੁੰਦਾ ਸੀਗਾ ਮੀਟਿੰਗਾਂ 'ਤੇ, ਜਿਹੜੇ ਉਹਨਾਂ ਦੇ ਮਾਰਚ ਅੰਗਰੇਜ਼ ਕਰਨੇ ਸੀ, ਤਾਂ ਡਰਦਾ ਸੀ, ਤਾਂ ਮੂਹਰੇ ਬਾਬਾ ਖੜਕਸੋ ਇੱਕ ਦੋ ਥਾਂ ਬੰਬੇ ਜਾ ਕੇ ਪਿਆ ਰੌਲਾ, ਉਹਨੇ ਕਿਹਾ ਆਜੋ ਗਾਹ ਨਿਕਲੋ, ਸਾਰੇ ਡਰਦੇ ਪਏ, ਕਹਿੰਦੇ ਬਾਬਾ ਖੜਕ ਨੂੰ ਸੱਦੋ, ਬਾਬਾ ਖੜਕਸੋ ਅੰਮ੍ਰਿਤਸਰ ਤੋਂ ਗਿਆ ਲੈ ਕੇ ਸਿੰਘ ਨਾਲ, ਮੂਹਰੇ ਅੱਗੇ ਲੱਗਿਆ, ਸਿੱਖ ਲੱਗੇ ਮਗਰ ਲੱਗੇ, ਇਹ ਇਤਿਹਾਸ ਕਰ ਗੱਲਾਂ ਰਿਕਾਰਡ ਦੇ। ਸੋ ਇਸ ਕਰਕੇ ਅਕਾਲੀ ਦਲ ਬਹੁਤ ਪੁਰਾਣੀ, ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੈ, ਅਸੀਂ ਉਹਨਾਂ ਦੇ ਮੁਕਾਬਲੇ ਤਾਂ ਨਹੀਂ ਹੋ ਸਕਦੇ, ਲੇਕਿਨ ਜਿੰਨੀ ਕੁ ਸਾਨੂੰ ਅਸੀਂ ਘੱਟੋ ਘੱਟ ਇਹ ਤਾਂ ਅਸੀਂ ਵਿਗਾੜ ਤਾਂ ਨਾ ਪਾਈਏ,
ਅਸੀਂ ਸਮਾਰਨ ਵੱਲ ਤਾਂ ਤੁਰੀਏ ਜਿੰਨੀ ਕੁ ਸਾਨੂੰ ਰੱਬ ਨੇ ਤਾਕਤ ਦਿੱਤੀ ਹੈ, ਜਿੰਨੀ ਕੁ ਬੁੱਧੀ ਦਿੱਤੀ ਹੈ, ਜੇ ਜਿੰਨਾ ਕੁ ਸਾਡੇ ਸਿਰ 'ਤੇ ਹੱਥ ਰੱਖਿਆ ਕਿ ਅਸੀਂ ਇਹਨੂੰ ਨੁਕਸਾਨ ਨਾ ਪਹੁੰਚਾਈਏ ਘੱਟੋ ਘੱਟ, ਅਤੇ ਅਸੀਂ ਲਈ ਚੱਲੀਏ ਗੁਰੂ ਕਿਰਪਾ ਕਰੂ ਹੋਰ ਤਕੜੇ ਸਭ ਸਮੇਂ ਨਾਲ ਇਹ ਥੱਲੇ ਹੇਠਾਂ ਉੱਤੇ ਹੁੰਦਾ ਰਹਿੰਦਾ। ਇਹ ਕੋਈ ਇਸ ਨੂੰ ਨਾ ਕਹੋ ਕਿ ਐਂ ਹੋ ਗਿਆ ਨਾ, ਇਹ ਤਾਂ ਸਮਾਂ ਹੈ, ਰਾਜ ਬਦਲਦੇ ਨੇ। ਜੇ ਔਰੰਗਜ਼ੇਬ ਬਦਲ ਗਿਆ, ਜੇ ਕਿੰਨੇ ਪਹਿਲਾਂ ਖਿਲਜੀ ਬਦਾਲੀ ਕਿੰਨੇ ਆਏ ਬਦਲ ਗਏ, ਅੰਗਰੇਜ਼ ਚਲੇ ਗਏ, ਕਾਂਗਰਸ ਕਹਿੰਦੀ ਸੀ ਮੈਂ ਨਹੀਂ ਜਾਂਦੀ ਉਹ ਚਲੀ ਗਈ, ਇਸ ਕਰਕੇ ਤਾਂ ਦੁਨੀਆ ਆਉਣ ਜਾਣ, ਇਸ ਕਰਕੇ ਤੁਸੀਂ ਇਹਨੂੰ ਪੱਕਾ ਨਹੀਂ ਸਮਝ ਸਕਦੇ। ਇਹ ਤਾਂ ਇੱਕ ਪਰਮਾਤਮਾ ਤੋਂ ਮੰਗੋ ਸ਼ਕਤੀ ਕਿ ਸਾਥੋਂ ਨਾ ਗਲਤੀ ਹੋਵੇ, ਅਸੀਂ ਜਿੱਥੇ ਕੰਮ ਕਰਦੇ ਬਹੁਤ ਅਰਜਣ ਕਰੀਏ। ਜੀ ਮੁੰਦਰ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਤੁਹਾਡਾ ਬਹੁਤ ਧੰਨਵਾਦ, ਸੰਗਤ ਦਾ ਧੰਨਵਾਦ। ਕੋ ਬੋਲਿਆ ਚੱਲਿਆ ਮੂੰਹ 'ਚੋਂ ਗਲਤ ਲਫ਼ਜ਼ ਨਿਕਲੇ ਮਾਫ਼ੀ ਵੀ ਚਾਹੁੰਦਾ, ਕਿਉਂਕਿ ਤੁਸੀਂ ਕੁਐਸਚਨ ਇਸ ਤਰ੍ਹਾਂ ਕਰ ਦਿੰਦੇ ਹੋ, ਅਸੀਂ ਸੁਭਾਵਿਕ ਜਵਾਬ ਦਿੰਦੇ ਹਾਂ, ਤਾਂ ਉਹ 'ਚ ਪਤਾ ਨਹੀਂ ਮੂੰਹ 'ਚੋਂ ਕਈ ਵਾਰੀ ਕੋਈ ਐਸਾ ਵੀ ਨਿਕਲ ਜਾਂਦਾ ਹੋਵੇ ਜਿਹੜਾ ਸਾਥੋਂ ਨਾ ਠੀਕ ਹੁੰਦਾ ਹੋਵੇ, ਤਾਂ ਉਹਦੀ ਵੀ ਗੁਰੂ ਤੋਂ ਵੀ ਸੰਗਤ ਤੋਂ ਮਾਫ਼ੀ ਮੰਗਦੇ। ਜੀ ਧੰਨਵਾਦ ਜੀ। ਤਾਂ ਕਿ ਇਹੀ ਦੁਆ ਹੈ ਪੰਥ ਚੜ੍ਹਦੀ ਕਲਾ 'ਚ ਰਹੇ। ਜੀ ਸੋ ਇਹੀ ਮੰਗਦੇ ਹਾਂ ਸਾਰੇ ਨੌਜਵਾਨਾਂ ਤੋਂ ਕਿ ਆਓ ਤਕੜੇ ਹੋ ਕੇ, ਆਪਣੀ ਜਮਾਤ ਹੈ ਪੰਜਾਬ ਦੇ ਭਲੇ ਦੀ, ਸਾਰੇ ਰਲ ਕੇ ਆਪਾਂ ਕਰੀਏ। ਜੀ ਸੋ ਇਹ ਸੀ ਅਕਾਲੀ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ, ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸਿਆਸੀ ਆਗੂ ਦੇ ਨਾਲ। ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।